ਮੈਂ ਸਮਝਦਾ ਮੈਂ ਅੱਗੇ ਵੀ ਕਈ ਵਾਰ ਕਿਹਾ ਕਿ ਜਦੋਂ ਨਾ ਬੰਦਾ ਥੋੜਾ ਜਿਹਾ ਹੋਰ ਬਜ਼ੁਰਗ ਹੋ ਜਾਂਦਾ ਹੈ ਅਸੀਂ ਅਸੀਂ 85 ਸਾਲਾਂ ਦੇ ਜੇ ਸਾਨੂੰ ਕੁਦਰਤ ਨੇ ਮੌਕਾ ਦਿੱਤਾ ਜ਼ਿੰਦਗੀ ਹਣਾਉਣ ਦਾ ਫਿਰ ਬੰਦਾ ਵੈਲਿਊਏਟ ਕਰਦਾ ਹੈ ਕਿ ਅਸੀਂ ਜ਼ਿੰਦਗੀ ਵਿੱਚ ਕੀ ਖਟਿਆ ਕੀ ਖੋਇਆ ਸੋ ਮੈਂ ਸਮਝਦਾ ਕਿ ਸਾਡੇ ਲਈ ਸਭ ਤੋਂ ਜਿਹੜਾ ਪ੍ਰੋਗਰ ਕਰਨ ਵਾਲਾ ਕੰਮ ਹੋਊਗਾ ਅਸੀਂ ਕਾਂਗੇ ਕਿ ਅਸੀਂ ਅਰਦਾਸ ਵਰਗੀ ਸ੍ਰੀ ਦਾ ਹਿੱਸਾ ਸੀਗੇ ਤੇ ਹੁਣ ਤਾਂ ਮੈਨੂੰ ਐਂ ਲੱਗਦਾ ਹੁੰਦਾ ਮੈਂ ਤਾਂ ਹਮੇਸ਼ਾ ਇਹ ਕਹਿੰਦੀ ਆ ਕਿ ਇਹ ਅਰਦਾਸ ਅਰਦਾਸ ਕਰਾਸ ਅਰਦਾਸ ਸਰਬੱਤ ਦੇ ਭਲੇ ਦੀ ਹੋਰ ਸਾਰੀਆਂ ਜਿਹੜੀਆਂ ਇਹ ਜੀਆਂ ਫਿਲਮਾਂ ਨੇ ਮੈਂ ਕਰਕੇ ਤੇ ਜੇ ਹੁਣ ਰੱਬ ਸਾਨੂੰ ਲੈ ਕੇ ਜਾਣਾ ਚਾਹੁੰਦਾ ਤਾਂ ਲੈ ਜਾ। ਅਗਭੀ ਮੈਂ ਤਾਂ ਇਹ ਰੋਲ ਕੀਤਾ। ਸਿਰਫ ਉਹਨਾਂ ਟਾਈਮ ਮਹਿਸੂਸ ਕੀਤਾ ਕਿ ਵੀਲਚੇਅਰ ਤੇ ਬੰਦਾ ਕਿਵੇਂ ਬੰਦਾ ਹੈ ਤੇ ਇਸ ਸਾਡੀ ਧੀ ਰਾਣੀ ਨੇ ساری ਉਮਰ ਇਹ ਤੇ ਬੈਠਣਾ ਹੈ ਵੀਲਚੇਅਰ ਤੇ। ਪਰ ਫਿਰ ਵੀ ਮੈਂ ਕਹਿੰਦਾ ਵੀ ਉਹ ਜ਼ਿੰਦਗੀ ਜਿੰਦਾਬਾਦ ਨਾਅਰਾ ਲਾਉਂਦੀ ਹੈ ਵੀ ਕੋਈ ਗੱਲ ਨਹੀਂ ਜੇ ਮੈਂ ਤੁਰ ਨਹੀਂ ਸਕਦੀ ਤਾਂ ਮੇਰੇ ਕੋਲ ਮੇਰੀ ਕੁਦਰਤ ਨੇ ਬਾਕੀ ਅੰਗ ਪੈਨ ਨੂੰ ਠੀਕ ਕਰਦੇ ਨੇ ਦੋ ਅੱਖਾਂ ਦਿੱਤੀਆਂ ਮੈਨੂੰ ਹੱਥ ਦਿੱਤੇ ਨੇ ਸਣ ਨੂੰ ਕੰਨ ਦਿੱਤੇ ਸਾਰਾ ਕੁਝ ਦਿੱਤਾ ਸੋ ਇਸ ਕਰਕੇ ਜਦੋਂ ਉਹੋ ਜਿਹੇ ਬੰਦੇ ਸਿਨੇਮੇ ਚ ਆਉਂਦੇ ਨੇ ਅਪੀਲ ਚੇਰ ਤੇ ਬਹਿ ਕੇ ਆਉਂਦੇ ਨੇ ਸਾਨੂੰ ਲੱਗਦਾ ਸਾਨੂੰ ਹੌਸਲਾ ਹੁੰਦਾ ਸਾਨੂੰ ਇਹ ਲੱਗਦਾ ਕਿ ਸਾਨੂੰ ਇਹੋ ਜਿਹੇ ਇਨਫਰਮਾ ਬਣੋਣੇ ਚਾਹੀਦੇ ਆ ਮੇਰੇ ਬੇਟੇ ਨੇ ਕਦੇ ਵੀ ਕੋਈ ਹੈਜੀ ਸੋਸ਼ਲ ਮੀਡੀਆ ਤੇ ਕਦੇ ਕੋਈ ਪੋਸਟ ਨਹੀਂ ਸਾਂਝੀ ਕੀਤੀ ਕੋਈ ਰੀਲ ਨਹੀਂ ਪਾਈ ਕਦੇ ਉਹ ਹੈ ਨਹੀਂ ਅੰਨਾ ਪਰ ਉਹਨੇ ਸਪੈਸ਼ਲ ਇਹ ਬਣਾ ਕੇ ਸਾਰਿਆਂ ਦਾ ਥੈਂਕਸ ਕੀਤਾ ਹੋਇਆ ਹੈ ਗਿੱਪੀ ਜੀ ਦਾ ਵੀ ਵੀ ਇਹ ਜੀ ਫਿਲਮ ਬਣਾਉਣ ਲਈ ਥੜਾ ਥੈਂਕਸ ਅੱਜ ਜਦੋਂ ਮੈਂ ਫੇਰ ਸਵੇਰੇ ਚਾਹ ਪੀ ਕੇ ਜਦੋਂ ਉੱਠ ਕੇ ਮੇਰੀ ਮਾਂ ਦੇ ਕੋਲ ਅਕ ਚਾਹ ਦਾ ਕੱਪ ਲੈ ਕੇ ਗਈ ਮੈਨੂੰ ਕਹਿੰਦੀ ਮੈਂ ਦੁਬਾਰਾ ਫਿਰ ਦੇਖਣੀ ਕੋਈ ਨਾ ਕੋਣੀ। ਸੋ ਮੈਂ ਮੈਂ ਸਮਝਦਾ ਵੀ ਜੇ ਪੀਰੈਂਟਸ ਨੂੰ ਐਂ ਲੱਗਦਾ ਹੈ ਸਾਡੇ ਵੱਡਿਆਂ ਨੂੰ ਐ ਲੱਗਦਾ ਨਹੀਂ ਵੱਡਿਆਂ ਨੂੰ ਐ ਲੱਗਦਾ ਹੁੰਦਾ ਵੀ ਨਾ ਜੀ ਹੁਣ ਵਾਲੇ ਬੱਚੇ ਦਾ ਠੀਕ ਨਹੀਂ। ਮੈਂ ਕਿਹਾ ਵੀ ਤੁਹਾਨੂੰ ਸਭ ਤੋਂ ਚੰਗਾ ਕੀ ਫਿਲਮ ਚ ਲੱਗਿਆ? ਕਹਿੰਦੀ ਜੇ ਇੱਕ ਚੀਜ਼ ਚੰਗੀ ਹੋਵੇ ਤਾਂ ਮੈਂ ਦੱਸਾਂ। ਬਸ ਕਹਿੰਦੀ ਇੱਕੋ ਇੱਕੋ ਗੱਲ ਸੀ ਮਾ ਕੀ ਕਹਿੰਦੀ ਜੋ ਤੂੰ ਵੀਲ ਚੇਰ ਦੇਵੇਂਗੇ ਉਹ ਤਾਂ ਮੈਂ ਥੋੜੀ ਨੀਵੀਂ ਪਾਲਣ ਸੀ ਕਿ ਮੈਂ ਆਪਣੇ ਪੁੱਤ ਨੂੰ ਐਂ ਦੇਖ ਨਹੀਂ ਸਕਦੀ। ਪਰ ਪਰ ਜਿਹੜੀ ਫਿਲਮ ਹੈ ਸਾਰੀ ਮੈਨੂੰ ਇੰਨੀ ਚੰਗੀ ਲੱਗਦੀ ਹੈ ਮੈਂ ਦੁਬਾਰਾ ਜੂੜ ਦੇਖਾਂ ਮੈਨੂੰ ਪਹਿਲਾਂ ਹੱਸਣ ਲੱਗ ਗਿਆ ਨਾ ਮੈਨੂੰ ਕਹਿੰਦੇ ਵੀ ਮੈਂ ਕਿਹਾ ਨਹੀਂ ਇਹ ਫਿਲਮ ਦੇਖਣੀ ਹੈ ਵੱਡੇ ਤੁਸੀਂ ਦੇਖਣੀ ਹੈ ਮੈਨੂੰ ਕਹਿੰਦੇ ਮਮਾ ਤੁਸੀਂ ਜਾਣ ਕੇ ਤਾਂ ਨਹੀਂ ਲੈ ਕੇ ਕਿਸਾ ਨਾ ਮੈਂ ਕਿਹਾ ਜਾਣ ਕੇ ਨਹੀਂ ਮੈਂ ਕਿਹਾ ਵੀ ਜਦੋਂ ਕੋਈ ਸੋਹਣੀ ਚੀਜ਼ ਬਣੇ ਕਿਤੇ ਕੋਈ ਵਾਜਾ ਨਾ ਰਹਿ ਜਾਵੇ ਵੈਸੇ ਵੀ ਉਹ ਸਾਰੀਆਂ ਫਿਲਮਾਂ ਸਾਡੀਆਂ ਦੇਖਦੇ ਰਹੀ ਹੈ ਜੀ ਗੱਲ ਨਹੀਂ ਪਰ ਇਸ ਫਿਲਮ ਦਾ ਤਾਂ ਮੈਂ ਬਿਲਕੁਲ ਹੀ ਨਹੀਂ ਸੀ ਕਰ ਸਕਦੀ ਨਾ ਇਹਦਾ ਕੋਈ ਐਕਸਕਿਊਜ਼ ਨਹੀਂ ਹੈ ਮੈਨੂੰ ਉਦੋਂ ਉਦੋਂ ਤੋਂ ਨਿਹਮੇ ਆਪਣੇ ਮੰਚ ਦਾ ਰਾਜੇ ਇਹ ਗੱਲ ਸਮਝ ਲਈ ਕਿ ਚੰਗੀਆਂ ਚੀਜ਼ਾਂ ਦਾ ਹਿੱਸਾ ਬਣਨਾ ਜ਼ਰੂਰੀ ਹੈ ਇਹ ਜ਼ਰੂਰੀ ਨਹੀਂ ਕਿ ਤੁਸੀਂ ਕਿੰਨਾ ਨੰਬਰ ਉਲ ਕੀਤਾ ਉਹ ਤੋਂ ਬਾਅਦ ਮੈਨੂੰ ਜੇ ਕਿਸੇ ਨੇ ਕੰਟੈਂਟ ਸੁਣਾਇਆ ਕਿ ਮੈਂ ਗੀਤ ਵਗੈਰਾ ਕਰਨੇ ਛੱਡ ਦਿੱਤੇ ਸੀਗੇ ਪਰ ਮੈਂ ਗੀਤ ਨਿਕਾਲਣਾ ਪਰ ਹੁਣ ਮੈਂ ਇਹ ਬੰਦੇ ਨੂੰ ਹੀ ਕਹਿਣਾ ਮੈਨੂੰ ਫੋਨ ਕਰ ਪੁੱਛੋ ਤੁਸੀਂ ਕਿੰਨੇ ਪਹਿਲੇ ਨਿਯਮ ਮੈਂ ਕਿਹਾ ਪੈਸਾ ਨਹੀਂ ਗੱਲ ਬਾਤ ਪਹਿਲੇ ਕੰਮਾਂ ਕੀ ਦੱਸੋ ਸਾਡਾ ਮੁਕਾਬਲਾ ਕੌਣ ਕਰੂਗਾ ਸਾਡੇ ਕੋਲ ਇੰਨਾ ਕੰਟੈਂਟ ਹੈ ਪੰਜਾਬ ਕੋਲ ਐਡਾ ਕਮਾਲ ਦਾ ਸਾਹਿਬ ਪਿਆ ਐਡੀਆਂ ਕਮਾਲ ਦੀਆਂ ਕਹਾਣੀਆਂ ਨਾਵਲ ਕਵਤਾਵਾਂ ਬਾਹਰ ਤੱਕ ਪਈ ਐ ਅਸੀਂ ਉਹਨਾਂ ਨੂੰ ਚੱਕ ਕੇ ਸਿਨੇਮਾ ਬਣਾਉਣ ਲੱਗੇ ਇਹੋ ਜਿਹਾ ਸਿਨੇਮਾ ਆਉਣ ਲੱਗਿਆ ਹੈਲਦੀ ਕੰਟੈਂਟ ਆਊਗਾ ਤਾਂ ਸਾਡੇ ਬੱਚੇ ਮੋਬਾਈਲਾਂ ਦਾ ਗੰਦਮਨ ਦੇਖਣਗੇ ਨਹੀਂ ਸਾਡੇ ਬੱਚੇ ਕਹਿਣਗੇ ਸਾਨੂੰ ਇਹਨਾਂ ਚੰਗਾ ਚੀਜ਼ ਪ੍ਰੋਸੀਜਰ ਆ ਰਹੀ ਸੀ ਉਹ ਦੇਖੀਏ ਸੋ ਇਸ ਕਰਕੇ ਉਹਦਾ ਤੋੜ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਚੰਗੀਆਂ ਸ਼ਖਸੀਅਤਾਂ ਲੈ ਕੇ ਪੈਦਾ ਹੋਣ ਚੰਗੀ ਸੋਚ ਦੇ ਮਾਲਕ ਹੋਣ ਤਾਂ ਤੁਹਾਨੂੰ ਇਹੋ ਜਿਹੇ ਹੈਲਦੀ ਕੰਟੈਂਟ ਦੀ ਜ਼ਰੂਰਤ ਪਾਉਣੀ ਚਾਹੀਦੀ ਹੈ 13 ਸਤੰਬਰ ਨੂੰ ਫਿਲਮ ਰਿਲੀਜ਼ ਹੋਈ ਅਰਦਾਸ ਸਰਬਤ ਦੇ ਭਲੇ ਦੀ ਔਰ ਜਦੋਂ ਇਹ ਫਿਲਮ ਰਿਲੀਜ਼ ਹੁੰਦੀ ਹੈ ਤੇ ਲੋਕੀ ਜਦੋਂ ਇਸ ਨੂੰ ਵੇਖਦੇ ਆ ਤੇ ਬਹੁਤ ਭਾਵਕ ਹੁੰਦੇ ਆ ਬਹੁਤ ਮਿਕਸ ਇਮੋਸ਼ਨਸ ਜਿਹੜੇ ਹੈ ਲੋਕਾਂ ਦੇ ਦੇਖਣ ਨੂੰ ਮਿਲਦੇ ਆ ਸਿਨੇਮਾ ਘਰਾਂ ਦੇ ਵਿੱਚ ਤੇ ਨਾਲ ਦੇ ਨਾਲ ਜਿਹੜਾ ਸੁਨੇਹਾ ਇਹ ਟੀਮ ਦੇਣਾ ਚਾਹੁੰਦੀ ਸੀ ਉਹ ਵੀ ਬਖੂਬੀ ਨਾਲ ਤੱਕ ਪਹੁੰਚਦਾ ਸੋ ਫਿਲਮ ਹੁਣ ਤਾਂ ਰਿਲੀਜ਼ ਹੋ ਚੁੱਕੀ ਹੈ ਸੋ ਫਿਲਮ ਦੀ ਸਕਸੈਸ ਫਾਰ ਇਹ ਜਿਹੜੀ ਗੱਲਬਾਤ ਕਰਨ ਦੇ ਲਈ ਅਸੀਂ ਮਲਕੀ ਇਤਰੌਨੀ ਜੀ ਔਰ ਸੀਮਾ ਕੌਸ਼ਲ ਜੀ ਨੇ ਇੱਥੇ ਬੈਠੇ ਹੋਏ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਮੁਬਾਰਕਬਾਦ ਦਿੰਨੇ ਆ ਕਿਉਂਕ ਇਸ ਰਿਲੀਜ਼ ਹੋਈ ਔਰ ਹਿੱਟ ਹੋਈ ਫਿਲਮ ਦੇ ਬਹੁਤ ਬਹੁਤ ਸਵਾਗਤ ਹੈ ਸਾਡਾ ਤੁਹਾਡਾ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਮ ਦਾ ਸ਼ੁਕਰੀਆ ਜੀ ਸ਼ੁਕਰੀਆ ਧੰਨਵਾਦ ਸੋ ਇੱਕ ਜਿਹੜਾ ਤੁਸੀਂ ਉਪਰਾਲਾ ਕੀਤਾ ਸੀ ਹੈਨਾ ਅਰਦਾਸ ਸਰਬਤ ਦੇ ਭਲੇ ਦੇ ਨਾਲ ਦੁਬਾਰਾ ਕਿਉਂਕਿ ਅਰਦਾਸ ਔਰ ਅਰਦਾਸ ਕਰਾ ਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਸੋ ਇਸ ਵਾਰ ਫਿਰ ਜਿੱਤ ਹੋਈ ਹੈ ਵਧੀਆ ਕੰਟੈਂਟ ਦੀ ਹੈਨਾ ਸੋ ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹਾਂਗੀ ਮਲਕੀਤ ਸਰ ਤੁਹਾਡੇ ਕਰੈਕਟਰ ਨੂੰ ਬਹੁਤ ਪਿਆਰ ਦੇ ਰਹੇ ਆ ਲੋਕ ਐ ਤੇ ਬਹੁਤ ਇਮੋਸ਼ਨਲ ਵੀ ਜਿਹੜਾ ਹੋ ਰਿਹਾ ਉਸ ਕਰੈਕਟਰ ਨੂੰ ਦੇਖ ਕੇ ਸੋ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਇੰਨੀ ਮੇਨ ਤੌਰ ਦਿਲੋਂ ਜਦੋਂ ਕੰਮ ਹਰ ਹਰ ਕਿਰਦਾਰ ਨਾਲ ਦਿਲੋਂ ਕੰਮ ਹੁੰਦਾ ਹੀ ਹੈ ਪਰ ਜਦੋਂ ਇਹੋ ਜੇ ਇੱਕ ਮੁੱਦਿਆਂ ਤੇ ਆ ਇਹੋ ਜੇ ਸਿਨੇਮਾ ਦਾ ਜਦੋਂ ਬਣ ਬਣਦਾ ਹੈ ਤੇ ਇਹੋ ਜੇ ਕਿਰਦਾਰ ਜਦੋਂ ਤੁਹਾਨੂੰ ਮਿਲਦੇ ਆ ਉਹਦਾ ਸਕਸੈਸ ਹੋਣਾ ਕਿੰਨੀ ਖੁਸ਼ੀ ਦਿੰਦਾ ਹੈ ਬਹੁਤ ਧੰਨਵਾਦ ਕਰਦੇ ਜੀ ਤੁਹਾਡੇ ਮਾਧਿਅਮ ਰਾਹੀਂ ਦਰਸ਼ਕਾਂ ਦਾ ਸੀ ਜਿਨ੍ਹਾਂ ਨੇ ਇਸ ਕੋਸ਼ਿਸ਼ ਨੂੰ ਮਨਾਂ ਨੂੰ ਹੀ ਪਿਆਰ ਦਿੱਤਾ ਸੋ ਹੁਣ ਵੀ ਲੋਕ ਸਿਨੇਮਿਆਂ ਚ ਜਦੇ ਜਾਂਦੇ ਨੇ ਸਾਨੂੰ ਫੋਨ ਕਰਦੇ ਨੇ ਮੇਰਾ ਫੋਨ ਭਰਿਆ ਪਿਆ ਫੋਰਨ ਕੰਟਰੀ ਤੋਂ ਵੀ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਤੋਂ ਲੋਕ ਸਾਨੂੰ ਨਾ ਚੱਲਦੀ ਸਕਰੀਨ ਦੇ ਵਿੱਚ ਸਾਡਾ ਕਲਿੱਪ ਆਉਂਦਾ ਉਹ ਛੋਟਾ ਜਿਹਾ ਕਲਿੱਪ 2-4 ਸੈਕਿੰਡ ਦਾ ਬਣਾ ਕੇ ਵੀ ਤੁਹਾਡੀ ਫਿਲਮ ਦੇਖ ਰਹੇ ਆ ਉਦੋਂ ਸਿਰਫ ਇੰਨਾ ਹੁੰਦਾ ਸ਼ੁਰੂ ਦੇ ਵਿੱਚ ਫਿਰ ਉਸ ਤੋਂ 2 ਘੰਟੇ ਬਾਅਦ ਉਹ ਬੰਦੇ ਫੋਨ ਕਰਦੇ ਨੇ ਕਹਿੰਦੇ ਸਾਨੂੰ ਤਾਂ ਲੱਗਦਾ ਸੀ ਵੀ ਤੁਹਾਡੇ ਕਰਕੇ ਫਿਲਮ ਦੇਖੀ ਜਾਂ ਵੀ ਤੁਹਾਨੂੰ ਦਿਖਾਉਣ ਲਈ ਵੀ ਅਸੀਂ ਸਿਨੇਮੇ ਚ ਆਏ ਆ ਕਲਿੱਪੇ ਭੇਜਿਆ ਸੀ ਪਰ ਫਿਲਮ ਦੇਖਣ ਤੋਂ ਬਾਅਦ ਸਾਨੂੰ ਇਹ ਮਹਿਸੂਸ ਹੋਇਆ ਕਿ ਇਹ ਫਿਲਮ ਤੁਹਾਨੂੰ ਮਿਸ ਨਹੀਂ ਸੀ ਕਰਨੀ ਚਾਹੀਦੀ ਕਦੇ ਵੀ ਦੂਜੀ ਗੱਲ ਪਹਿਲੀਆਂ ਜਿਹੜੀਆਂ ਸਾਡੀਆਂ ਦੋ ਫਿਲਮਾਂ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਇਹ ਸੀਰੀਜ਼ ਦੀਆਂ ਪਰ ਇਹ ਫਿਲਮ ਇੱਕ ਯੂਨਿਕ ਕਿਸਮ ਦੀ ਫਿਲਮ ਹੈ ਮੈਂ ਸਮਝਦਾ ਦੇਖੋ ਦਰਸ਼ਕਾਂ ਨੇ ਪਹਿਲਾਂ ਰਜਨੀ ਫਿਲਮ ਨੂੰ ਬਹੁਤ ਸਾਰਾ ਪਿਆਰ ਦਿੱਤਾ ਪਰ ਉਹ ਇੱਕ ਪੀਰੀਅਡ ਕੰਟੈਂਟ ਸੀਗਾ ਕਿ ਸਾਡੇ ਬੀਤੇ ਸਮੇਂ 'ਚ ਕੀ ਹੋਇਆ ਸੋ ਇਦਾਂ ਦੀ ਕਹਾਣੀ ਸੀ ਹਾਲਾਂਕਿ ਬਹੁਤ ਸਾਰੇ ਲੋਕ ਕਹਿੰਦੇ ਵੀ ਉਹ ਸਾਡਾ ਇਤਿਹਾਸ ਨਹੀਂ ਹੈ ਪਰ ਮੈਂ ਸਮਝਦਾ ਕਿ ਉਹ ਦੇਖ ਕੇ ਚੀਜ਼ ਉਹ ਤੋਂ ਬਾਅਦ ਸਾਨੂੰ ਇਹ ਦੇਖਣ ਦਾ ਮੌਕਾ ਮਿਲਿਆ ਕਿ ਅੱਜ ਪ੍ਰੈਜ਼ੈਂਟ 'ਚ ਕੀ ਹੋ ਰਿਹਾ ਹੈ ਸੋ ਇਸ ਕਰਕੇ ਇਹ ਸਿਨੇਮੇ ਦਾ ਬਹੁਤ ਸੁਨਹਿਰਾ ਦੌਰ ਹੈ ਜਦੋਂ ਸਿਨੇਮੇ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੂੰ ਲੋਕ ਐਪਰੀਸ਼ੀਏਟ ਕਰ ਰਹੇ ਨੇ ਇਹ ਸਾਡੇ ਲਈ ਬਹੁਤ ਚੰਗੀ ਗੱਲ ਹੈ ਖੁਸ਼ਕਿਸਮਤੀ ਦੀ ਗੱਲ ਹੈ ਮੈਂ ਸਮਝਦਾ ਮੈਂ ਅੱਗੇ ਵੀ ਕਈ ਵਾਰ ਕਿਹਾ ਕਿ ਜਦੋਂ ਨਾ ਬੰਦਾ ਥੋੜਾ ਜਿਹਾ ਹੋਰ ਬਜ਼ੁਰਗ ਹੋ ਜਾਂਦਾ ਹੈ ਅਸੀਂ ਅਸੀਂ 85 ਸਾਲਾਂ ਦੇ ਜੇ ਸਾਨੂੰ ਕੁਦਰਤ ਨੇ ਮੌਕਾ ਦਿੱਤਾ ਜ਼ਿੰਦਗੀ ਹਣਾਉਣ ਦਾ ਫਿਰ ਬੰਦਾ ਵੈਲਿਊਏਟ ਕਰਦਾ ਹੈ ਕੀ ਅਸੀਂ ਜ਼ਿੰਦਗੀ ਚ ਕੀ ਖਟਿਆ ਕੀ ਖੋਇਆ ਸੋ ਮੈਂ ਸਮਝਦਾ ਕਿ ਸਾਡੇ ਲਈ ਸਭ ਤੋਂ ਜਿਹੜਾ ਪ੍ਰਾਊਡ ਕਰਨ ਵਾਲਾ ਕੰਮ ਹੋਊਗਾ ਅਸੀਂ ਕਹਾਂਗੇ ਕਿ ਅਸੀਂ ਅਰਦਾਸ ਵਰਗੀ ਸ੍ਰੀ ਦਾ ਹਿੱਸਾ ਸੀਗੇ ਜਿਹਦੇ ਨਾਲ ਉਸ ਸਮੇਂ ਅਸੀਂ ਜਨਰੇਸ਼ਨ ਨੂੰ ਕੁਝ ਚੰਗਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਸਿਨੇਮੇ ਵਿੱਚ ਹੋਰ ਬਹੁਤ ਕੁਝ ਬਣਦਾ ਹੈ ਸਾਡੀ ਰੋਜ਼ੀ ਰੋਟੀ ਦਾ ਸਾਧਨ ਹੈ ਅਸੀਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਵੀ ਤੇ ਕਰਦੇ ਵੀ ਰਹਾਂਗੇ ਪਰ ਇਹੋ ਜਿਹੀਆਂ ਫਿਲਮਾਂ ਨਹੀਂ ਕਦੇ ਬਣਦੀਆਂ ਇਹੋ ਜਿਹੀਆਂ ਫਿਲਮਾਂ ਬਹੁਤ ਔਖੀਆਂ ਬਣਦੀਆਂ ਨੇ ਸਭ ਤੋਂ ਪਹਿਲੀ ਗੱਲ ਤਾਂ ਪ੍ਰੋਡਿਊਸਰ ਸਹਿਬਾਨ ਦਾ ਬਹੁਤ ਧੰਨਵਾਦ ਜੀ ਗੀਪੀ ਗਰੇਵਾਲ ਹੋਰਾਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਬਦਦੇ ਆ ਜਿਨ੍ਹਾਂ ਨੇ ਇੱਕ ਐਸਾ ਕੰਟੈਂਟ ਲੈ ਕੇ ਆਂਦਾ ਸਿਨੇਮੇ ਦੇ ਵਿੱਚ ਨਹੀਂ ਤਾਂ ਜਿਵੇਂ ਉਹ ਹੋਰ ਫਿਲਮਾਂ ਬਣਾਉਂਦੇ ਨੇ ਇਹੋ ਜਿਹੀਆਂ ਚਾਰ ਫਿਲਮ ਹੋਰ ਬਣਾ ਸਕਦੇ ਸੀਗੇ ਇਹ ਜਿੰਨੀਆਂ ਸਟੇਟਾਂ ਚ ਜਾ ਕੇ ਜਿੰਨੀਆਂ ਮੁਸ਼ਕਲਾਂ ਨਾਲ ਫਿਲਮ ਬਣੀ ਹੈ ਹਾਲਾਂਕਿ ਸਾਨੂੰ ਕੋਈ ਵੱਡੀ ਮੁਸ਼ਕਲ ਨਹੀਂ ਆਈ ਪਰ ਮੈਂ ਸਮਝਦਾ ਇੱਕ ਵੱਡਾ ਰਿਸਕ ਸੀਗਾ ਤੁਸੀਂ ਬਾਏ ਰੋਡ ਸਟੇਟਾਂ ਜਾ ਰਹੇ ਹੋ ਇੰਨੇ ਬੰਦੇ ਸਾਰਾ ਲਾਮ ਲਸ਼ਕਰ ਲੈ ਕੇ ਜਾ ਰਹੇ ਹੋ ਵਿੱਚ ਟੈਂਪੂ ਲਾਈਟਾਂ ਦਾ ਜਾ ਰਿਹਾ ਹੈ ਕੈਮਰੇ ਦੀਆਂ ਗੱਡੀਆਂ ਜਾ ਰਹੀਆਂ ਸਾਰਾ ਕ੍ਰਿਊ ਜਾ ਰਿਹਾ ਨਾਲ ਸੋ ਐਮੀਆ ਸਟੇਟਾਂ ਜਾ ਕੇ ਸ਼ੂਟ ਕਰਨਾ ਉਥੋਂ ਦੀ ਪਰਮਿਸ਼ਨ ਲੈਣੀ ਬਹੁਤ ਔਖਾ ਕੰਮ ਸੀਗਾ ਪਰ ਫਿਰ ਵੀ ਮੈਂ ਸਮਝਦਾ ਕਿ ਉਹਨਾਂ ਦਾ ਧੰਨ ਨੇ ਜੀ ਉਹ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਹ ਫਿਲਮ ਬਣਾਉਣੀ ਬਣਾਉਣੀ ਹੈ ਇਸ ਫਿਲਮ ਤੇ ਅਸੀਂ ਕੰਮ ਕਰਨਾ ਹੀ ਕਰਨਾ ਹੈ ਇਹ ਚਾਹੇ ਸਾਨੂੰ ਇਹਦਾ ਪੈਸਾ ਵੱਧ ਲੱਗੇ ਚਾਹੇ ਸਾਨੂੰ ਮੁਸ਼ਕਲ ਆਉਣ ਜੋ ਮਰਜ਼ੀ ਹੋਵੇ ਪਰ ਫਿਰ ਕੁਦਰਤ ਨੇ ਇਹ ਜੀ ਬਾਹ ਫੜੀ ਕੇ ਕੋਈ ਮੁਸ਼ਕਲ ਨਹੀਂ ਆਈ ਚੰਗੀ ਫਿਲਮ ਬਣੀ ਇਹ ਵੀ ਗੱਲ ਹੁੰਦਾ ਹੈ ਕਿ ਕਿ ਫਿਲਮ ਦੌਰਾਨ ਜਿੰਨੇ ਤੁਸੀਂ ਲੋਕ ਇਕੱਠੇ ਹੋ ਕਿਸੇ ਨੂੰ ਕੋਈ ਸੱਟ ਪੇਟ ਲੱਗ ਜੇ ਕੋਈ ਪ੍ਰੋਬਲਮ ਹੋ ਜੇ ਦਿੱਕਤ ਹੁੰਦੀ ਹੈ ਇਹ ਵੀ ਮੈਂ ਸਮਝਦਾ ਕਿ ਕੁਦਰਤ ਨਾਲ ਹੋ ਕੇ ਫਿਲਮ ਹੈ ਬਣਾਉਂਦੀ ਹੈ ਸੋ ਉਹ ਬਣਾਉਣ ਤੋਂ ਬਾਅਦ ਅੱਗੇ ਫਿਲਮ ਬਣ ਕੇ ਕੰਪਾਈਲ ਹੋ ਕੇ ਚੰਗੇ ਰੂਪ ਵਿੱਚ ਸਾਹਮਣੇ ਆਉਂਦੀ ਹੈ ਤੇ ਉਹਦੇ ਬਾਅਦ ਫਿਰ ਲੋਕਾਂ ਦਾ ਹੰਗਾਰਾ ਜਿਹੜਾ ਬੜੀ ਗੱਲ ਹੁੰਦੀ ਹੈ ਬਹੁਤ ਬਾਰ ਕਈ ਵਾਰ ਇਹ ਹੁੰਦਾ ਕਿ ਤੁਹਾਡੀਆਂ ਚੰਗੀਆਂ ਫਿਲਮਾਂ ਹੋਣੀਆਂ ਤੁਹਾਡੀ ਸਟੇਟ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਹੋ ਜੇ ਕੋਈ ਗੱਲਬਾਤ ਹੋ ਜੇ ਫਿਲਮਾਂ ਰਹਿ ਜਾਂਦੀਆਂ ਨੇ ਪਰ ਜਿਵੇਂ ਲੋਕਾਂ ਨੇ ਦੇਖਿਆ ਜਿਵੇਂ ਲੋਕਾਂ ਨੇ ਪਿਆਰ ਲੋਕਾਂ ਨੇ ਮ ਜਦੋਂ 13 ਤਰੀਕ ਤੋਂ ਪਹਿਲਾਂ-ਪਹਿਲਾਂ ਇਹ ਫਿਲਮ ਪ੍ਰੋਡਿਊਸਰ ਦੀ ਸੀਗੀ ਡਾਇਰੈਕਟਰ ਦੀ ਸੀਗੀ ਸਾਡੀ ਸਾਰੀ ਟੀਮ ਦੀ ਫਿਲਮ ਸੀਗੀ 13 ਤਰੀਕ ਤੋਂ ਬਾਅਦ ਲੋਕਾਂ ਦੀ ਫਿਲਮ ਹੈ ਹੁਣ ਲੋਕ ਪ੍ਰਚਾਰ ਕਰ ਰਹੇ ਨੇ ਜੋ ਸਿਨੇਮਾ ਜਾਣੇ ਆ ਉਹ ਕਹਿੰਦਾ ਜੀ ਮੈਂ ਕੱਲਾ ਆਇਆ ਸੀ ਸਿਨੇਮੇ ਲੋਕ ਕਹਿੰਦੇ ਮੈਂ ਹੁਣ ਆਪਣੀ ਫੈਮਿਲੀ ਨੂੰ ਲੈ ਕੇ ਆ ਰਿਹਾ ਕੱਲ੍ਹ ਨੂੰ ਹੀ ਆ ਰਿਹਾ ਲੈ ਕੇ ਕਹਿੰਦੇ ਮਨ ਲੋਕ ਸਾਨੂੰ ਐਦਾਂ ਫੋਨ ਕਰਦੇ ਨੇ ਜੀ ਲੋਕ ਦੱਸਦੇ ਨੇ ਜਿਹੜੀ ਤੁਸੀਂ ਆਹ ਪ੍ਰੋਬਲਮ ਦੱਸੀ ਹੈ ਜੀ ਇਹ ਸਾਡੀ ਹੈ ਜੀ ਇੱਕ ਮੁੰਡਾ ਕਹਿੰਦਾ ਜੀ ਮੇਰੇ ਮੇਰੀ ਆਪਣੇ ਬਾਪੂ ਨਾਲ ਬੰਨਦੀ ਨਹੀਂ ਹੈ ਜੀ ਪਰ ਮੈਂ ਬਾਪੂ ਨੂੰ ਨਾਲ ਲੈ ਕੇ ਫਿਲਮ ਵੀ ਦਿਖਾਉਣੀ ਹੈ ਤੇ ਮੈਂ ਬ ਏ ਸਾਡੀ ਟੀਮ ਦੀ ਗੀਪੀ ਗਰੇਵਾਲ ਜੀ ਹਰਾਂ ਦੀ ਸਾਡੀ ਸਾਰੀ ਟੀਮ ਦੇ ਲਈ ਬਹੁਤ ਪ੍ਰਾਉਡ ਦੀ ਗੱਲ ਹੈ ਕਿ ਲੋਕਾਂ ਨੇ ਇੱਦਾਂ ਮਾਨ ਦਿੱਤਾ ਫਿਲਮ ਨੂੰ ਬਿਲਕੁਲ ਸੀ ਮੈਮ ਜਦੋਂ ਤੁਹਾਡਾ ਕਿਰਦਾਰ ਮੈਂ ਫਿਲਮ ਦੇ ਵਿੱਚ ਵੇਖਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਹਜੇ ਵੀ ਇਹੋ ਜਿਹੇ ਬਜ਼ੁਰਗ ਹੈਗੇ ਜਿਨ੍ਹਾਂ ਨਾਲੇ ਚੀਜ਼ਾਂ ਵਾਪਰਦੀਆਂ ਹੈਗੀਆਂ ਹੈਨਾ ਔਰ ਉਹ ਚੀਜ਼ਾਂ ਬਹੁਤ ਇਮੋਸ਼ਨਲ ਕਰਦੀਆਂ ਹੈਂ ਕਈ ਵਾਰ ਤਾਂ ਅਸੀਂ ਵੀ ਸੋਚਦੇ ਆਂ ਜਾਂ ਮੈਂ ਫਿਲਮ ਵੇਖਦੇ ਸੋਚਦੀ ਸੀ ਅਗਰ ਜੇ ਮੈਂ ਪਿੰਡ ਹੁੰਦੀ ਤੇ ਮੇਰੇ ਨਾਲ ਜੇ ਇਦਾਂ ਹੁੰਦਾ ਮੇਰੇ ਬੁਢਾਪੇ 'ਚ ਮੇਰ ਤੋਂ ਨਹੀਂ ਜਾ ਰ ਹੋਣਾ ਸੀਗਾ ਹੈਨਾ ਉਹ ਤੁਸੀਂ ਬਹੁਤ ਇਮੋਸ਼ਨਲ ਸਰ ਦਾ ਵੀ ਕਰੈਕਟਰ ਇੰਨਾ ਤੁਹਾਡਾ ਵੀ ਕੈਰੈਕਟਰ ਇੰਨਾ इमोਸ਼ਨਲ ਕਰਦਾ ਜਦੋਂ ਤੁਸੀਂ ਉਹ ਚੀਜ਼ਾਂ ਕਰ ਰਹੇ ਸੀ ਉਹ ਇੱਕ ਇੱਕ ਜਿਹੜਾ ਹੈਵੀਨੈਸ ਹੁੰਦੀ ਹੈ ਉਹ ਤੁਸੀਂ ਵੀ ਫੀਲ ਕੀਤੀ ਬਿਲਕੁਲ ਕਿਉਂਕਿ ਇਹ ਚੀਜ਼ਾਂ ਸਾਡੇ ਆਲੇ-ਦਾਲੇ ਹਮੇਸ਼ਾ ਵਿਚਰਦੀਆਂ ਨੇ ਉਹਨਾਂ ਨੇ ਕੋਈ ਇਹ ਨੂੰ ਮਨ ਕਢੰਦ ਕਹਾਣੀ ਤਾਂ ਹੈ ਨਹੀਂ ਕਿਉਂਕਿ ਉਹਨਾਂ ਨੇ ਇਹ ਚੀਜ਼ਾਂ ਨੂੰ ਉਹੀ ਸਿਚੁਏਸ਼ਨ ਜੋ ਸਾਡੇ ਤੇ ਬੀਤਦੀ ਹੈ ਸਾਡੇ ਜੇ ਸਾਡੇ ਤੇ ਨਹੀਂ ਸਾਡੇ ਆਲੇ-ਦਾਲੇ ਸਾਡੇ ਹੀ ਕਿਸੇ ਪਰਿਵਾਰ ਤੇ ਬੀਤਦੀ ਹੈ ਤਾਂ ਉਹ ਗਿੱਪੀ ਨੇ ਪਰਦੇ ਤੇ ਉਤਾਰੀ ਹੈ ਸੋ ਉਹ ਫਿਰ ਉਸ ਚੀਜ਼ਾਂ ਨੂੰ ਮਹਿਸੂਸ ਤਾਂ ਅਸੀਂ ਕਰਦੇ ਆ ਕਿਉਂਕਿ ਅਸੀਂ ਵੀ ਜ਼ਿੰਦਗੀ ਦੇ ਇਹੋ ਜਿਹੇ ਪੜਾਤੇ ਆ ਕਿ ਆਉਣ ਵਾਲੇ ਸਮੇਂ ਤੋਂ ਮੈਨੂੰ ਲੱਗਦਾ ਸਾਰਿਆਂ ਨੂੰ ਹੀ ਡਰ ਲੱਗਦਾ ਹੁੰਦਾ ਹੈ ਪਰ ਅਸੀਂ ਕਹਿੰਦੇ ਆ ਕਿ ਚਲੋ ਥੋੜਾ ਜਿਹਾ ਹੁਣ ਪੜ੍ਹਨ ਲਿਖਣ ਦੇ ਕਰਕੇ ਬੱਚੇ ਵੀ ਪ੍ਰੈਕਟੀਕਲ ਜੇ ਹੋਏ ਹੋਏ ਆ ਵੀ ਇਹ ਚੀਜ਼ ਦਾ ਸਾਹਮਣਾ ਪਹਿਲਾਂ ਹੀ ਕਰਨ ਨੂੰ ਤਿਆਰ ਹੋ ਜਾਈਏ ਪਰ ਜਿਹੜਾ ਸਮਾਂ ਸਾਡੇ ਤੋਂ ਸਾਡੇ ਬਜ਼ੁਰਗਾਂ ਦਾ ਸੀ ਉਹ ਚੀਜ਼ਾਂ ਅਸੀਂ ਦੇਖਦੇ ਵੀ ਰਿਹਾ ਆਪਣੇ ਘਰਾਂ ਚ ਵੀ ਦੇਖਦੇ ਰਹਾਂ ਵੀ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਉਹਦੇ ਲਈ ਅਸੀਂ ਭਾਵੁਕ ਹੁੰਨੇ ਆ ਕੁਝ ਮੇਰੇ ਨਾਲ ਅਸੀਂ ਮੈਂ ਮਲਕੀਜੀ ਜੀ ਜਦੋਂ ਅਸੀਂ ਪਹਿਲਾਂ ਪ੍ਰਮੋਸ਼ਨ ਵੀ ਕਰਦੇ ਸੀਗੇ ਦੋ ਤਿੰਨ ਇਹੀ ਜੀਆਂ ਜਗ੍ਹਾ ਤੇ ਗਏ ਯੂਨਿਕ ਹੋਮ ਹੈਨਾ ਗੁਰੂ ਗੁਰੂ ਕੀ ਰਸੋਈ ਹੈਨਾ ਤਾਂ ਉਹਹੀ ਜੀਆਂ ਜਗ੍ਹਾ ਤੇ ਜਾ ਕੇ ਸਾਡਾ ਮਨ ਇੰਨਾ ਕ ਪਹਿਲਾਂ ਭਰਿਆ ਸੀ ਉਦਾਸ ਇੰਨਾ ਹੋਏ ਰੋਏ ਉੱਥੇ ਬੈਠੇ ਮੈਂ ਇਹਨਾਂ ਨੂੰ ਕਹਾ ਮਲਕੀ ਜੀ ਅਜੇ ਇਹ ਸਮਝ ਨਹੀਂ ਆਉਂਦੀ ਵੀ ਆਪਾਂ ਕਿੱਥੇ ਆ ਮਤਲ ਹੱਸਣਾ ਵੀ ਆਪਾਂ ਹੱਸਦੇ ਆ ਪਰ ਇਹਨਾਂ ਨੂੰ ਦੇਖ ਕੇ ਐ ਲੱਗਦਾ ਵੀ ਦੁਨੀਆ 'ਤੇ ਕੁਝ ਹੋ ਰਹੀ ਹੈ ਇਹਦੀ ਸੱਚਾਈ ਕੁਝ ਹੋ ਰਹੀ ਹੈ ਸੋ ਗਿੱਪੀ ਨੇ ਉਹ ਸਾਰੀਆਂ ਚੀਜ਼ਾਂ ਦਿਖਾਈਆਂ ਨੇ ਤੇ ਮਨ ਸਾਡਾ ਤਾਂ ਵੈਸੇ ਪਹਿਲਾਂ ਵੀ ਇਮੋਸ਼ਨਲ ਇੰਨਾਂ ਚੀਜ਼ਾਂ ਦੇ ਨਾਲ ਅਸੀਂ ਜਲਦੀ ਹੋ ਜਾਂਦੇ ਆ ਪਰ ਇਹ ਜੀ ਚੀਜ਼ ਜਦੋਂ ਐਕਟ ਕਰਦੇ ਆ ਉਹ ਭੇਰੋ ਬਣਾਵਟੀ ਨਹੀਂ ਹੁੰਦਾ ਕਿਉਂਕਿ ਉਹ ਫੀਲ ਹੀ ਹੁੰਦਾ ਕਿ ਕੋਈ ਨਾ ਕੋਈ ਸਾਡੇ ਅੱਖਾਂ ਦੇ ਸਾਹਮਣੇ ਜ਼ਰੂਰ ਆ ਜਾਂਦਾ ਜਿਹਦੇ ਨਾਲ ਅਸੀਂ ਇੰਨਾ ਭਾਵਕ ਹੋ ਜਾਂਦੇ ਆ ਤਾਂ ਉਸ ਟਾਈਮ ਵੀ ਜਦੋਂ ਇਹ ਸ਼ਾਰਟ ਕਰ ਰਹੀ ਸੀ ਉਸ ਟਾਈਮ ਵੀ ਦਿਲ ਪੂਰਾ ਭਰਿਆ ਹੋਇਆ ਸੀ ਕੋਈ ਗਲਿਸਰੀ ਇੰਨੀ ਕੁਛ ਨਹੀਂ ਉਵੇਂ ਹੀ ਰੋਏ ਤੇ ਦੇ ਕਰਿਆ ਪਤਾ ਹੈ ਆਪ ਹੀ ਕੰਮ ਕਰਿਆ ਤੇ ਉਹਨੂੰ ਦੇਖ ਕੇ ਵੀ ਉਹਨਾ ਹੀ ਰੋਏ ਹੁਣ ਵੀ ਕੋਈ ਸ਼ਾਰਟ ਆ ਜਾਂਦਾ ਜਦੋਂ ਸਾਹਮਣੇ ਜਾਂ ਕੋਈ ਜਿੱਦਾਂ ਇਹ ਦੱਸਦੇ ਨੇ ਸਾਨੂੰ ਮੋਬਾਈਲ 'ਚ ਸਾਡੇ ਛੋਟੇ ਛੋਟੇ ਬਿਟ ਭੇਜਦੇ ਨੇ ਸਾਨੂੰ ਕਟਿੰਗ ਭੇਜਦੇ ਨੇ ਮੈਂ ਉਹਦੇ ਹੀ ਰੋ ਪੈਣੀ ਆ ਮੇਰਾ ਮਨ ਫੇਰ ਉਹ ਭਰਦਾ ਹੈ ਬਾਕੀ ਕਰਵਾਇਆ ਤਾਂ ਉਹਨਾਂ ਨੇ ਐ ਪਰ ਇਸ ਫਿਲਮ ਦੇ ਵਿੱਚ ਮੈਨੂੰ ਐ ਲੱਗਦਾ ਵੀ ਪਰਮਾਤਮਾ ਦਾ ਜਿਹੜਾ ਕਹਿੰਦੇ ਨੇ ਨਾ ਨਾਲ ਸਾਥ ਹੈ ਹੁਣ ਤੇ ਬਸ ਇੰਨਾ ਕਿ ਚਾਹ ਵੀ ਹੈ ਖੁਸ਼ੀ ਵੀ ਹੈ ਕਿ ਫਿਲਮ ਨੂੰ ਲੋਕ ਇੰਨਾ ਸਾਡੀ ਆਡੀਅנס ਪਿਆਰ ਦੇ ਰਹੀ ਹੈ ਸਾਡੇ ਅੰਦਰ ਵੀ ਆਡੀਅੰਸ ਦਾ ਸ਼ੁਕਰਾਨਾ ਕਰਦੀ ਏ ਕਿਉਂਕਿ ਜਦੋਂ ਉਹਨਾਂ ਨੂੰ ਇਹ ਜਿਹੀਆਂ ਫਿਲਮਾਂ ਦੇਖਣ ਨੂੰ ਮਿਲਦੀਆਂ ਨੇ ਵਾਕਈ ਸ਼ੁਕਰਾਨਾ ਬਣਦਾ ਵੀ ਹੈ ਸਾਡਾ ਸਾਰਿਆਂ ਦਾ ਬਣਦਾ ਅਸੀਂ ਵੀ ਦਿਲ ਤੋਂ ਸ਼ੁਕਰਾਨਾ ਕਰਦੇ ਆ ਟੀਮ ਦਾ ਵੀ ਗਿੱਪੀ ਗਰੇਵਾਲ ਦਾ ਵੀ ਪਰ ਨਾਲ ਪਰਮਾਤਮਾ ਦੇ ਵੀ ਸ਼ੁਕਰਾਨਾ ਕਰਦੇ ਹੁਣ ਤਾਂ ਮੈਨੂੰ ਐ ਹੀ ਲੱਗਦਾ ਹੁੰਦਾ ਮੈਂ ਤਾਂ ਹਮੇਸ਼ਾ ਹੀ ਕਹਿੰਨੀ ਆ ਕਿ ਇਹ ਅਰਦਾਸ ਅਰਦਾਸ ਕਰਾ ਅਰਦਾਸ ਸਰਬੱਤ ਦੇ ਭਲੇ ਦੀ ਹੋਰ ਸਾਰੀਆਂ ਜਿਹੜੀਆਂ ਇਹ ਜਿਹੀਆਂ ਫਿਲਮਾਂ ਨੇ ਮੈਂ ਕਰਕੇ ਜੇ ਹੁਣ ਰੱਬ ਸਾਨੂੰ ਲੈ ਕੇ ਜਾਣਾ ਚਾਹੁੰਦਾ ਤਾਂ ਲੈ ਜਾ ਬਹੁਤ ਕੁਝ ਕਰਨਾ ਹੈ ਮੈਂ ਸੀਰੀਅਸਲੀ ਕਹਿੰਦਾ ਫਿਲਮਾਂ ਜੀ ਕਹਿੰਦਾ ਕਿ ਮਰ ਵੀ ਜਾਮਾ ਦਾ ਕੋਈ ਦੁੱਖ ਨਹੀਂ ਸੁਰਗਾਂ ਚ ਪੈਰ ਚੜ੍ਹਦੇ ਹਾਂ ਬਸ ਸੋ ਇੱਕ ਨਾ ਮੈਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਿਹਾ ਸੀਗਾ ਜੀ ਦਰਬਾਰ ਸਾਹਿਬ ਦੇ ਜਿਹੜੇ ਗ੍ਰੰਥੀ ਸਾਹਿਬ ਨੇ ਉਹਨਾਂ ਨੇ ਰਾਗੀ ਸਾਹਿਬ ਨੇ ਮਿਖਲ ਉਹਨਾਂ ਨੇ ਬੋਲ ਕੇ ਇਹ ਪਾਇਆ ਕਹਿੰਦੇ ਯਾਰ ਮੈਂ ਸਿਨੇਮੇ ਸੁਮੇ ਕਰ ਜਾਂਦਾ ਨਹੀਂ ਸੀਗਾ ਪਰ ਮੈਂ ਸਿਨੇਮੇ ਗਿਆ ਮੈਨੂੰ ਲੱਗਦਾ ਸਾਡੇ ਸਿਨੇਮੇ ਪਵਿੱਤਰ ਕਰਦੇ ਤੁਸੀਂ ਸਿਨੇਮੇ ਪਵਿੱਤਰ ਕਰਦੇ ਤੇ ਅਸੀਂ ਜੀ ਕਰਦਾ ਕਿ ਸਾਰੀ ਟੀਮ ਨੂੰ ਸਨਮਾਨਤ ਕਰੀਏ ਇੱਕ ਮੈਂ ਗੱਲ ਤੁਹਾਡੇ ਮਾਧਮ ਰਾਹੀਂ ਕਹਿਣਾ ਚਾਹੁੰਦਾ ਨੇਹਾ ਮੈਂ ਬੜੇ ਚਿਰ ਸੋਚੀ ਜਾਂਦਾ ਸੀਗੇ ਜਦ ਦੀ ਫਿਲਮ ਰਿਲੀਜ਼ ਹੋਈ ਬੀਨ ਗਿੱਪੀ ਗਰੀਬਲ ਭਾਜੀ ਹੋਰਾਂ ਨੇ ਇੱਕ ਬੜੀ ਕਿਸੇ ਇੰਟਰਵਿਊ ਚ ਗੱਲ ਸੁਣਾਈ ਸੀਗੀ ਉਹ ਕਹਿੰਦੇ ਵੀ ਮੈਂ ਨਾ ਫੋਰਨ ਕੰਟਰੀ ਸੀਗਾ ਕਿਤੇ ਤੇ ਉੱਥੇ ਮੇਰਾ ਕੋਈ ਪ੍ਰੀਮੀਅਰ ਹੋਇਆ ਤੇ ਪ੍ਰੀਮੀਅਰ ਹੋ ਕੇ ਜਦ ਮੈਂ ਬਾਹਰ ਨਿਕਲਿਆ ਇੱਕ ਬਜ਼ੁਰਗ ਆਪਣਾ ਸਰਦਾਰ ਕੋਈ ਬਾਹਰ ਖੜਾ ਸੀ ਕਿਸੇ ਫੋਰਨ ਕੰਟਰੀ ਦੀ ਗੱਲ ਹੈ ਅੱਛਾ ਤੇ ਉਹ ਮੈਨੂੰ ਕਹਿੰਦਾ ਮੇਰੀ ਪਿੱਠ ਤੇ ਹੱਥ ਮਾਰ ਕੇ ਸ਼ਾਬਾਸ਼ ਦੇ ਕੇ ਕਹਿੰਦਾ ਫਿਕਰ ਨਾ ਕਰ ਬਈ ਕੈਰੀ ਆਨ ਜਟਾ ਕੈਰੀ ਆਨ ਕਹਿੰਦੇ ਮੈਨੂੰ ਉੱਥੋਂ ਟਾਈਟਲ ਮਿਲਿਆ ਕੈਰੀ ਆਨ ਜਟਾ ਫਿਲਮ ਦਾ ਸੋ ਮੇਰਾ ਅੱਜ ਜੀ ਕਰਦਾ ਹੈ ਕਿ ਮੈਂ ਤੁਹਾਡੇ ਮਾਧਿਅਮ ਰਾਹੀਂ ਅਰਦਾਸ ਵਰਗੀਆਂ ਸੀਰੀਜ਼ ਦਾ ਹਿੱਸਾ ਬਣ ਕੇ ਵੀ ਮੈਂ ਗਰੇਵਾਲ ਸਾਹਿਬ ਨੂੰ ਇਹ ਕਹਾਣੀ ਗਰੇਵਾਲ ਸਾਹਿਬ ਕੈਰੀ ਆਨ ਸੋ ਕਿਉਂਕਿ ਤੁਸੀਂ ਜਿਹੜਾ ਸਿਨੇਮਾ ਤੁਸੀਂ ਦਿੱਤਾ ਸਾਨੂੰ ਅਸੀਂ ਇੰਨੇ ਚਿਰ ਤੋਂ ਥੀਏਟਰ ਕਰਦੇ ਆ ਮੈਂ ਛੇਵੀਂ ਕਲਾਸ ਤੋਂ ਪੜ੍ਹਦਾ ਥੀਏਟਰ ਕਰਦਾ ਆਇਆ ਅਸੀਂ ਉਹਦਾ ਹਿੱਸਾ ਤਾਂ ਕੀ ਬਣਾਣਾ ਸੀ ਅਸੀਂ ਤਾਂ ਅਜੇ ਤੱਕ ਅਜਿਹੀ ਫਿਲਮ ਦੇਖੀ ਨਹੀਂ ਅਸੀਂ ਆਪ ਨਹੀਂ ਦੇਖੀ ਮੈਂ ਲਗਭਗ 160-170 ਦੇ ਕਰੀਬ ਫਿਲਮਾਂ ਕੀਤੀਆਂ ਮੈਂ ਅਜੇ ਤੱਕ ਆਪ ਨਹੀਂ ਹੋਈ ਜੀ ਫਿਲਮ ਦੇਖ ਦੇਖ ਸਕਿਆ ਜਿਹੜੀ ਲੋਕਾਂ ਦੇ ਨਾਲ ਇੰਨੀ ਕਨੈਕਟ ਕਰਦੀ ਹੋਵੇ ਸੋ ਇਸ ਕਰਕੇ ਜਿਹੜੀ ਚੀਜ਼ ਨੇ ਕਨੈਕਟ ਕਰਨ ਨੂੰ ਬਣਾਇਆ ਜਿਹੜੀ ਭਾਵਨਾ ਨੂੰ ਲੈ ਕੇ ਉਹ ਲੋਕਾਂ ਨੇ ਫਿਰ ਪਿਆਰ ਦਿੱਤਾ ਅਗੇ ਇਹ ਸੋਨੇ ਦੇ ਸੁਆਗੇ ਵਾਲੀ ਗੱਲ ਹੈ ਲੋਕਾਂ ਨੇ ਕਬੂਲਿਆ ਹੈ ਇਸ సినੀਮੇ ਨੂੰ ਮੈਂ ਸਮਝਦਾ ਕਿ ਧੰਨਵਾਦ ਲੋਕਾਂ ਦਾ ਬਹੁਤ ਬਹੁਤ ਦਰਸ਼ਕ ਸਹਿਬਾਨ ਦਾ ਕਿਉਂਕਿ ਤੁਸੀਂ ਇਸ ਚੀਜ਼ ਨੂੰ ਕਬੂਲ ਕੀਤਾ ਤਾਂ ਮੈਂ ਇਹ ਸਮਝਦਾ ਕਿ ਹੁਣ ਤੋਂ ਬਾਕੀ ਮੇਕਰ ਸਹਿਬਾਨ ਵੀ ਇਹੋ ਜਿਹੀਆਂ ਫਿਲਮਾਂ ਲਈ ਅੱਗੇ ਆਉਣਗੇ ਬਿਲਕੁਲ ਔਰ ਇਹਦੀ ਖੂਬੀ ਇਹ ਲੱਗਦੀ ਹੈ ਸਾਨੂੰ ਕਿ ਇਹ ਹੀਰੋ ਹੀਰੋਇਨ ਦੀ ਫਿਲਮ ਨਹੀਂ ਹੈ ਇਹ ਕਿਰਦਾਰਾਂ ਦੀ ਕਹਾਣੀ ਹੈ ਹੈਨਾ ਔਰ ਲੋਕੀ ਵੀ ਇੰਨਾ ਜ਼ਿਆਦਾ ਕਨੈਕਟ ਕਰ ਗਏ ਆਦਰਵਾਈਸ ਅਸੀਂ ਨਾਰਮਲ ਫਿਲਮਾਂ ਚ ਵੇਖਦੇ ਆ ਕਿ ਹੀਰੋ ਹੈ ਹੀਰੋਇਨ ਹੈ ਬਾਕੀ ਕਿਰਦਾਰ ਹੈਗੇ ਤੇ ਠੀਕ ਹੈ ਉਹ ਚੱਲ ਰਹੀ ਕਹਾਣੀ ਖਿੱਚ ਰਹੀ ਹੈ ਬਟ ਇਹਦੇ ਵਿੱਚ ਹਰ ਇੱਕ ਕਿਰਦਾਰ ਦੀ ਆਪਣੀ ਕਹਾਣੀ ਹੈ ਜਿਸ ਨਾਲ ਲੋਕੀ ਕਨੈਕਟ ਕਰਦੇ ਇਮੋਸ਼ਨਲ ਹੋ ਰਿਹਾ ਤੁਹਾਡੀ ਇੱਕ ਵੀਡੀਓ ਵੇਖੀ ਇੱਕ ਭੈਣ 휠ਚੇਅਰ ਤੇ ਸਿਗੇ ਹੈਨਾ ਤੁਸੀਂ ਕਹਿੰਦੇ ਕਿ ਮੇਰਾ ਕਿਰਦਾਰ ਇਹ ਤਾਂ ਇਸ ਇਦਾਂ ਦਾ ਹੈ ਮਤਲਬ ਰੀਅਲ ਲਾਈਫ ਤੇ ਰੀਅਲ ਲਾਈਫ ਉੱਥੇ ਇਕੱਠੀਆਂ ਸਿਗੀਆਂ ਮੈਂ ਉਹਨੂੰ ਇਹੀ ਕਹਿ ਰਿਹਾ ਸੀ ਤੀਰਾਨੀ ਨੂੰ ਉਹ ਦਾ ਹਸਬੰਦ ਨਾਲ ਆਇਆ ਸੀ ਮਖਾ ਵੀ ਮੈਂ ਤਾਂ ਇਹ ਰੋਲ ਕੀਤਾ ਸਿਰਫ ਉਹਨਾਂ ਟਾਈਮ ਮਹਿਸੂਸ ਕੀਤਾ ਕਿ व्हीलचेयर ਤੇ ਬੰਦਾ ਕਿੰਨੇ ਮੈਂਦਾ ਹੈ ਤੇ ਇਸ ਸਾਡੀ ਧੀ ਰਾਣੀ ਨੇ ساری ਉਮਰ ਇਹ ਤੇ ਬੈਠਣਾ ਹੈ व्हीलचेयर ਤੇ ਪਰ ਫਿਰ ਵੀ ਮੈਂ ਕਹਿੰਨਾ ਵੀ ਉਹ ਜ਼ਿੰਦਗੀ ਜਿੰਦਾਬਾਦ ਦਾ ਨਾਅਰਾ ਲਾਉਂਦੀ ਹੈ ਵੀ ਕੋਈ ਗੱਲ ਨਹੀਂ ਜੇ ਮੈਂ ਤੁਰ ਨਹੀਂ ਸਕਦੀ ਤਾਂ ਮੇਰੇ ਕੋਲ ਮੇਰੀ ਕੁਦਰਤ ਨੇ ਬਾਕੀ ਅੰਗ ਪੈਰ ਨੂੰ ਠੀਕ ਰੱਖਦੇ ਨੇ ਦੋ ਅੱਖਾਂ ਦਿੱਤੀਆਂ ਮੈਨੂੰ ਹੱਥ ਦਿੱਤੇ ਨੇ ਸੁਣਨ ਨੂੰ ਕੰਨ ਦਿੱਤੇ ਸਾਰਾ ਕੁਝ ਦਿੱਤਾ ਸੋ ਇਹ ਜਿ ਕਰਕੇ ਜਦੋਂ ਉਹੋ ਜਿਹੇ ਬੰਦੇ ਸਿਨੇਮੇ ਚ ਆਉਂਦੇ ਨੇ ਵੀਲਚੇਅਰ ਤੇ ਬਹਿ ਕੇ ਆਉਂਦੇ ਨੇ ਸਾਨੂੰ ਲੱਗਦਾ ਸਾਨੂੰ ਹੌਸਲਾ ਹੁੰਦਾ ਸਾਨੂੰ ਇਹ ਲੱਗਦਾ ਕਿ ਸਾਨੂੰ ਇਹੋ ਜਿਹੀਆਂ ਫਿਲਮਾਂ ਬਣਾਉਣੀਆਂ ਚਾਹੀਦੀਆਂ ਸੋ ਮੈਂ ਧੰਨਵਾਦ ਕਰਦਾ ਫੇਰ ਗਿੱਪੀ ਗਰੇਵਾਲ ਭਾਈ ਦਾ ਜਿਨ੍ਹਾਂ ਨੇ ਮਲ ਗੈਂਗਸਟਰ ਦੀਆਂ ਫਿਲਮਾਂ ਨਾ ਬਣਾ ਕੇ ਜਿਨ੍ਹਾਂ ਨੇ ਕੋਈ ਹੋਰ ਇਹੋ ਜਿਹੀ ਕਿਸਮ ਦੀਆਂ ਫਿਲਮਾਂ ਨਾ ਬਣਾ ਕੇ ਕਿ ਇਹੋ ਜੀ ਫਿਲਮ ਨੂੰ ਪ੍ਰਮੋਟ ਕੀਤਾ ਜਿਹੜੀ ਸਾਡੀ ਜ਼ਿੰਦਗੀ ਨਾਲ ਜੁੜੀ ਫਿਲਮ ਹੈ ਸੋ ਮੈਂ ਸਮਝਦਾ ਕਿ ਕੁਦਰਤ ਉਹਨਾਂ ਦੇ ਨਾਲ ਹੈ ਜੀ ਕਿਉਂਕਿ ਸੁਪਰਨੈਚਰ ਕੋਈ ਚੀਜ਼ ਹੈ ਤੁਹਾਨੂੰ ਕਿਸੇ ਵੱਲ ਤੁਹਾਡੋ ਕੋਈ ਚੰਗਾ ਕੰਮ ਕਰਾਉਂਦੀ ਹੈ ਤਾਂ ਉਹਦੇ ਪਿੱਛੇ ਕੋਈ ਚੀਜ਼ਾਂ ਹੁੰਦੀਆਂ ਨੇ ਸੋ ਅਗੇਨ ਅਸੀਂ ਥੈਂਕ ਯੂ ਕਰਦੇ ਆ ਜੀ ਦਰਸ਼ਕ ਸਾਹਿਬਾਨ ਦਾ ਜਿਨ੍ਹਾਂ ਨੇ ਇਸ ਪਰ ਨੂੰ ਇਨਾ ਚੰਗਾ ਹੁੰਗਾਰਾ ਦੇ ਰਹੇ ਨੇ ਲੋਕ ਵੇਟ ਕਰਦੇ ਨੇ ਮੈਨੂੰ ਇੱਕ ਫੋਨ ਆਇਆ ਕਹਿੰਦੇ ਜੀ ਫੋਰਨ ਕੰਟਰੀ ਵਿੱਚ ਤਾਂ ਵੀਕਐਂਡ ਤੇ ਵਿਹਲੇ ਹੁੰਨੇ ਆ ਵੀ ਪਰ ਅਸੀਂ ਵੀਕਐਂਡ ਪਿਛਲਾ ਲੰਘ ਗਿਆ ਸਾਨੂੰ ਕੰਮ ਸੀ ਬੱਚਿਆਂ ਦੀ ਕੋਪਾਇੰਟਮੈਂਟ ਸੀ ਜੀ ਕਿ ਜਾਣਾ ਸੀਗਾ ਉੱਥੇ ਦੇਖ ਨਹੀਂ ਸਕੇ ਅਸੀਂ ਅਸੀਂ ਕੱਲ ਸੋਮਵਾਰ ਲੰਘਾ ਕੇ ਨਾ ਅੱਜ ਮੰਗਲਵਾਰ ਫਿਰ ਦੇਖਣ ਜਾ ਰਹੇ ਹਾਂ ਵੀ ਸ਼ਾਮ ਨੂੰ ਦੇਖੋ ਹੀ ਦੇਖੋ ਕੋਈ ਗੱਲ ਨਹੀਂ ਵੀਕੈਂਡ ਦੀ ਹੁਣ ਵੇਟ ਨਹੀਂ ਕਰ ਸਕਦੇ ਸੋ ਇਹੋ ਜਿਹੇ ਲੋਕਾਂ 'ਚ ਉਤਸੁਕਤਾ ਹੈ ਜੀ ਸੋ ਸਮਝਦੇ ਆਂ ਅਸੀਂ ਕਿ ਲੋਕ ਹੱਲੇ ਲੋਕਾਂ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਭੈਣ ਭਰਾ ਚਾਹੇ ਕਿਤੇ ਵੀ ਰਹਿੰਦੇ ਹੋਣ ਦੁਨੀਆ 'ਚ ਉਹਨਾਂ ਦੇ ਵੀ ਜਿਹੜੀ ਫੀਲਿੰਗਸ ਹੈ ਉਹ ਜਿਉਂਦੀਆਂ ਨੇ ਉਹਨਾਂ ਵਿੱਚ ਰਿਸ਼ਤਿਆਂ ਦਾ ਨਿਕ ਕਿਤੇ ਨਾ ਕਿਤੇ ਜਿਉਂਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਰਿਸ਼ਤਿਆਂ ਦੀ ਫਿਲਮ ਸਭ ਦੇਖਣੀ ਚਾਹੀਦੀ ਹੈ ਅੱਛਾ ਇਹ ਦੱਸੋ ਕਿ ਤੁਹਾਡੇ ਘਰ ਦੇ ਆਨੇ ਇਹ ਫਿਲਮ ਵੇਖੀ ਤੁਸੀਂ ਉਹਨਾਂ ਨੂੰ ਪ੍ਰੀਮੀਅਰ ਤੇ ਨਾਲ ਲੈ ਕੇ ਆਏ ਸੀ ਕਿ ਅਲੱਗ ਲੈ ਕੇ ਗਏ ਸੀ ਨਾ ਮੈਂ ਪ੍ਰੀਮੀਅਰ ਤੇ ਨਹੀਂ ਮੈਂ ਉਹਨਾਂ ਨੂੰ ਉਸ ਤੋਂ ਬਾਅਦ ਲੈ ਕੇ ਜਾਣੀ ਹੁੰਨੀ ਆ ਤੇ ਉਹ ਕਹਿ ਰਹੇ ਸੀ ਵੀ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਬੱਚਿਆਂ ਦੇ ਪੇਪਰ ਨੇ ਮੈਂ ਕਿਹਾ ਕੋਈ ਗੱਲ ਨਹੀਂ ਇੱਕ ਪਾਹ ਪੇਪਰ ਮਿਸ ਕਰਵਾ ਦਿਓ ਪਰ ਫਿਲਮ ਤਾਂ ਦੇਖਣ ਜਾਣੀ ਪੈਣੀ ਹੈ ਤੇ ਸਾਰੇ ਫਿਲਮ ਦੇਖਣ ਵੀ ਗਏ ਮੇਰੇ ਬੇਟੇ ਨੇ ਕਦੇ ਵੀ ਕੋਈ ਇਹ ਜੀ ਸੋਸ਼ਲ ਮੀਡੀਆ ਤੇ ਕਦੇ ਕੋਈ ਪੋਸਟ ਨਹੀਂ ਸਾਂਝੀ ਕੀਤੀ ਕੋਈ ਰੀਲ ਨਹੀਂ ਬਾਈ ਕਦੇ ਉਹ ਨੂੰ ਹੈ ਨਹੀਂ ਅੰਨਾ ਪਰ ਉਹਨੇ ਸਪੈਸ਼ਲ ਇਹ ਬਣਾ ਕੇ ਸਾਰਿਆਂ ਦਾ ਥੈਂਕਸ ਕੀਤਾ ਹੋਇਆ ਗਿੱਪੀ ਜੀ ਦਾ ਵੀ ਵੀ ਇਹ ਜੀ ਫਿਲਮ ਬਣਾਉਣ ਲਈ ਤੁਹਾਡਾ ਥੈਂਕਸ ਜੇ ਇਸ ਏਜ ਦੇ ਬੱਚੇ ਧੰਨਵਾਦ ਕਰਦੇ ਨੇ ਤੁਸੀਂ ਆਪ ਸੋਚੋ ਵੀ ਸਾਡੇ ਜਿਹੜੇ 60 70 80 ਉਸ ਏਜ ਦੇ ਕਿੰਨੇ ਮੈਨੂੰ ਐ ਲੱਗਦਾ ਵੀ ਗਿੱਪੀ ਜੀ ਨੇ ਬਹੁਤ ਸਾਰੀਆਂ ਦੁਆਵਾਂ ਇਕੱਠੀਆਂ ਕੀਤੀਆਂ ਨੇ ਬਹੁਤ ਦੁਆਵਾਂ ਇਕੱਠੀਆਂ ਕੀਤੀਆਂ ਨੇ ਅਸੀਂ ਦੁਆਵਾਂ ਦਿੰਦੇ ਆ ਮੈਨੂੰ ਲੱਗਦਾ ਸਾਡੇ ਤੋਂ ਜ਼ਿਆਦਾ ਆਡੀਅנס ਵੀ ਦੁਆਵਾਂ ਦਿੰਦੀ ਹੈ ਕਿ ਇਹ ਜਿਹੀਆਂ ਫਿਲਮਾਂ ਹੋਰ ਪਰ ਹੁਣ ਜਦੋਂ ਇਹ ਜਿਹਾ ਹੰਗਾਰਾ ਤੁਸੀਂ ਲੋਕਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਤੁਹਾਡੇ ਜ਼ਰੀਏ ਲੋਕਾਂ ਤੱਕ ਸਨੇਹਾ ਪਹੁੰਚਿਆ ਤੇ ਦੂਜੀ ਗੱਲ ਇਹ ਹੈ ਕਿ ਜਦੋਂ ਹੁਣ ਇਹ ਜਿਹਾ ਆਡੀਅנס ਹੰਗਾਰਾ ਦਿੰਦੀ ਹੈ ਨਾ ਤਾਂ ਹੋਰ ਸਾਡੇ ਪ੍ਰੋਡਿਊਸਰ ਦਾ ਵੀ ਹੌਸਲਾ ਜਾਂ ਬਾਦ ਹੌਸਲਾ ਬਾਦ ਹੈ ਕਿ ਮੈਂ ਇਸ ਤੋਂ ਵੀ ਹੋਰ ਵਧੀਆ ਕੀ ਕਰ ਸਕਦਾ ਪਹਿਲਾਂ ਅਰਦਾਸ ਆਈ ਸੀ ਨਾ ਉਦੋਂ ਕਹਿੰਦੇ ਵੀ ਲੋਕੀ ਕਹਿਣ ਬਾਜੀ ਦੂਜੀ ਬਣਾਓ ਅਰਦਾਸ ਤੇ ਗਿੱਪੀ ਅਸੀਂ ਬੈਠੇ ਸਾਰੇ ਇੱਕ ਦਿਨ ਗੱਲਾਂ ਕਰਦੇ ਸੀ ਉੱਥੇ ਇਕੱਠੇ ਜੋ ਉਸ ਫਿਲਮ ਤੋਂ ਬਾਅਦ ਹੀ ਕਿਤੇ ਦੂਜੀ ਫਿਲਮ ਦੇ ਲਈ ਇਕੱਠੇ ਹੋਏ ਕਹਿੰਦਾ ਯਾਰ ਮੈਨੂੰ ਸਾਰੇ ਅਰਦਾਸ ਕਹਿੰਦੇ ਨੇ ਵੀ ਦੁਬਾਰਾ ਹੋਰ ਬਣਾਓ ਵੀਰ ਦਾਸ ਇੰਨੀ ਸੋਹਣੀ ਫਿਲਮ ਹੋ ਗਈ ਮੈਂ ਕੀ ਬਣਾਵਾ ਸਾਨੂੰ ਵੀ ਐ ਲੱਗੇ ਵੀ ਨਾ ਨਾ ਅਰਦਾਸ ਦਾ ਅਰਦਾਸ ਹੀ ਰਹਿਣ ਦੇਓ ਕਿਤੇ ਹੋਰ ਨਾ ਪਰ ਮੈਂ ਕਹਿੰਦੀ ਆ ਵੀ ਇਹਦੇ ਚ ਪਰਮਾਤਮਾ ਨੇ ਨਾਂ ਵੀ ਇਹជា ਅਰਦਾਸ ਤੇ ਅਰਦਾਸ ਕਰਾ ਨੂੰ ਵੀ ਬਹੁਤ ਪਿਆਰ ਮਿਲਿਆ ਤੇ ਅਰਦਾਸ ਸਰਬਾਦੇ ਭਲੇ ਦੀ ਹੁਣ ਹੋਰ ਵੀ ਪਤਾ ਨਹੀਂ ਇਹ ਸੀਰੀ ਕਿੱਥੇ ਤੱਕ ਜਾਣੀ ਆ ਜੀ ਹਾਂ ਹੈ ਨਾ 13 ਸਤੰਬਰ ਨੂੰ ਫਿਲਮ ਰਿਲੀਜ਼ ਹੋਈ ਹੈ ਤੇ ਮੈਂ ਸਭ ਤੋਂ ਜਿਹੜਾ ਪਹਿਲਾ ਸ਼ੋਅ ਸੀਗਾ ਆਪਣੀ ਮਦਰ ਨਾਲ ਦੇਖਿਆ ਜੀ ਬੈ ਕੇ ਉਹ ਪਹਿਮੇ ਤੇ ਮੈਂ ਕਦੇ ਵੀ ਮੇਰੇ ਘਰ ਦਾ ਕੋਈ ਮੇਰੇ ਨਾਲ ਨਹੀਂ ਆਇਆ ਤੇ ਜੋ 13 ਸਤੰਬਰ ਨੂੰ ਮੇਰੇ ਮਹਿਮਾਨ ਨਾਲ ਫਿਲਮ ਦੇਖੀ ਤਾਂ ਮੈਂ ਉਹ ਵਾਪਸ ਚਲੇ ਗਈ ਸਾਰੀ ਫੈਮਿਲੀ ਮੈਂ ਉੱਥੇ ਸੀ ਮੈਂ ਅਗੀ ਸਿਨੇਮਾ ਵਿੱਚ ਵੇਚ ਕਰਨ ਲਈ ਆ ਗਿਆ ਮੈਂ ਜਦੋਂ ਸ਼ਾਮ ਨੂੰ ਲੇਟ ਪਹੁੰਚਿਆ ਕਰੇ 11:00 ਬਜ ਕੇ ਸੌਂ ਗਿਆ ਸੀ ਦੂਜੇ ਦਿਨ ਸਵੇਰੇ ਚਾਹ ਪੀਂਦੇ ਸੀ ਇਕੱਠੇ ਸੀ ਤੇ ਮੇਰੀ ਮਾਂ ਮੈਨੂੰ ਕਹਿੰਦੀ ਵੀ ਪੁੱਤ ਮੈਂ ਤਾਂ ਫਿਲਮ ਦੁਬਾਰੇ ਦੇਖਣੀ ਹੈ ਅੱਛਾ ਮੈਂ ਇੱਕਦਮ ਰੈਕਟ ਮੈਂ ਵੀ ਕੀ ਗੱਲ ਹੋ ਗਿਆ ਤੁਹਾਨੂੰ ਕੋਈ ਸਮਝ ਨਹੀਂ ਲੱਗੇ ਬੱਚੋ ਦੇ ਕਹਿੰਦੇ ਨਹੀਂ ਮੈਂ ਤਾਂ ਸੋਚੀ ਸੀ ਵੀ ਇਹਨੀ ਛੇਤੀ ਖਤਮ ਕਿਵੇਂ ਹੋ ਗਈ ਤੇ ਮੈਂ ਕਹਿੰਦੇ ਮੇਰਾ ਜਿਵੇਂ ਜੀਜਾ ਨਹੀਂ ਭਰਿਆ ਹੁੰਦਾ ਨਾ ਮੈਂ ਦੁਬਾਰਾ ਦੇਖਣੀ ਆ ਮੈਂ ਕਹਾਂ ਵੀ ਕੋਈ ਗੱਲ ਨਹੀਂ ਮੈਂ ਚਲੋ ਬਹੁਤ ਹਾਗਾ ਨੂੰ ਸੀਰੀਅਸ ਲਿਆ ਸੋ ਅੱਜ ਜਦੋਂ ਮੈਂ ਫੇਰ ਸਵੇਰੇ ਚਾਹ ਪੀ ਕੇ ਉੱਠ ਕੇ ਮੇਰੀ ਮਾਂ ਮਰੇ ਕੋਲ ਆ ਕੇ ਚਾਹ ਦਾ ਕੱਪ ਲੈ ਕੇ ਬੈਗੀ ਮੈਨੂੰ ਕਹਿੰਦੀ ਮੈਂ ਦੁਬਾਰਾ ਫਿਲਮ ਦੇਖਣੀ ਕੌਣ ਦਿਖਾਉਣੇ ਆ ਸੋ ਮੈਂ ਮੈਂ ਸਮਝਦਾ ਵੀ ਜੇ ਪੇਰੈਂਟਸ ਨੂੰ ਐਂ ਲੱਗਦਾ ਹੈ ਸਾਡੇ ਵੱਡਿਆਂ ਨੂੰ ਐ ਲੱਗਦਾ ਨਹੀਂ ਵੱਡਿਆਂ ਨੂੰ ਐ ਲੱਗਦਾ ਹੁੰਦਾ ਵੀ ਨਾ ਜੀ ਹੁਣ ਵਾਲੇ ਬੱਚੇ ਦਾ ਠੀਕ ਨਹੀਂ ਮੈਂ ਕਿਹਾ ਵੀ ਤੁਹਾਨੂੰ ਸਭ ਤੋਂ ਚੰਗਾ ਕਹਿੰਦੇ ਜੇ ਇੱਕ ਚੀਜ਼ ਚੰਗੀ ਹੋਵੇ ਤਾਂ ਮੈਂ ਦੱਸਾਂ ਬਸ ਕਹਿੰਦੇ ਇੱਕੋ ਇੱਕੋ ਗੱਲ ਸੀ ਮਾ ਕੀ ਕਹਿੰਦੇ ਜੋ ਤੂੰ ਵੀਲਚੇਅਰ ਤੇ ਬੈਠ ਕੇ ਉਹ ਤਾਂ ਮੈਂ ਥੋੜੀ ਨੀਮੀ ਪਾ ਲੈਂਦੀ ਸੀ ਕਿ ਮੈਂ ਆਪਣੇ ਪੁੱਤ ਨੂੰ ਮੈਂ ਦੇਖ ਨਹੀਂ ਸਕਦੀ ਵੀ ਪਰ ਪਰ ਜਿਹੜੀ ਫਿਲਮ ਹੈ ਸਾਰੀ ਮੈਨੂੰ ਇੰਨੀ ਚੰਗੀ ਲੱਗਦੀ ਹੈ ਮੈਂ ਦੁਬਾਰਾ ਜ਼ਰੂਰ ਦੇਖਾਂਗੀ ਮਤਲਬ ਇਹ ਰਿਐਕਸ਼ਨ ਦੇਖੋ ਤੁਸਾਂ ਕੋ ਮਾਲ ਹੀ ਕਿੰਨਾ ਔਖਾ ਹੈ ਨਾ ਚਾਹੇ ਉਹ ਇੱਕ ਪਰਦੇ ਦੇ ਤੁਸੀਂ ਐਕਟ ਕੀਤਾ ਹੈ ਨਾ ਪਰ ਮਾਦ ਮਾ ਉਹਨੂੰ ਪਤਾ ਮੈਂ ਠੀਕ ਬੈਠਾ ਕੋਲਦੇ ਨੇ ਮੈਂ ਕਹਿੰਉਂ ਉਹ ਤਾਂ ਮੈਂ ਰੋਲ ਕਰ ਰਿਹਾ ਸੀ ਕਹਿੰਦੇ ਫੇਰ ਵੀ ਮੈਨੂੰ ਉਹ ਹੋਰ ਤਰ੍ਹਾਂ ਲੱਗਦਾ ਸੀ ਤੁਹਾਡੇ ਬੱਚਿਆਂ ਨੇ ਇਦਾਂ ਕਿਹਾ ਕਿ ਨਹੀਂ ਮੰਮਾ ਅਸੀਂ ਤਾਂ ਇਦਾਂ ਨਹੀਂ ਸੋਚਿਆ ਵੀ ਨਹੀਂ ਤੇ ਤੁਸੀਂ ਐਕਟ ਮੈਨੂੰ ਪਹਿਲਾਂ ਹੱਸਣ ਲੱਗ ਗਈ ਨਾ ਮੈਨੂੰ ਕਹਿੰਦੇ ਵੀ ਮੈਂ ਕਹਿੰਨੀ ਐ ਇਹ ਫਿਲਮ ਦੇਖਣੀ ਆ ਬਟੇ ਤੁਸੀਂ ਦੇਖਣੀ ਆ ਮੈਨੂੰ ਕਹਿੰਦੇ ਮੰਮਾ ਤੁਸੀਂ ਜਾਣ ਕੇ ਤਾਂ ਨਹੀਂ ਲੈ ਕੇ ਕਿਸ ਨਾਲ ਮੈਂ ਕਹਾਂ ਜਾਣ ਕੇ ਨਹੀਂ ਮਰ ਮੈਂ ਕਹਿੰਨੀ ਵੀ ਜਦੋਂ ਕੋਈ ਸੋਹਣੀ ਚੀਜ਼ ਬਣੇ ਕਿਤੇ ਕੋਈ ਵਾਂਝਾ ਨਾ ਰਹਿ ਜਾਏ ਵੈਸੇ ਵੀ ਉਹ ਸਾਰੀਆਂ ਫਿਲਮਾਂ ਸਾਡੀਆਂ ਦੇਖਦੇ ਨੇ ਇਹ ਜੀ ਗੱਲ ਨਹੀਂ ਪਰ ਇਸ ਫਿਲਮ ਦਾ ਤਾਂ ਮੈਂ ਬਿਲਕੁਲ ਹੀ ਨਹੀਂ ਸੀ ਕਰ ਸਕਦੀ ਨਾ ਇਹਦਾ ਕੋਈ ਐਕਸਕਿਊਜ਼ ਨਹੀਂ ਹੈ ਬਿਲਕੁਲ ਬਿਲਕੁਲ ਇਹ ਮਤਲਬ ਗੋਗਲ ਦਾ ਅਸੀਂ ਨਾ ਗੁਰਪ੍ਰੀਤ ਭਾਈ ਸਾਡੇ ਨਾਲ ਸੀਗੇ ਜੀ ਤੇ ਮੈਡਮ ਵੀ ਸਾਡੇ ਨਾਲ ਸੀ ਅਸੀਂ ਸਿਨੇਮਾ ਬਿਸਟ ਕਰਨ ਗਏ ਇੱਥੇ ਸੀਪੀ ਸਟਾਰਟ ਗਏ ਸੀ ਹਾਂਜੀ ਤੇ ਅਸੀਂ ਨਾ ਕੋਸ਼ਿਸ਼ ਹੁੰਦੀ ਵੀ ਆਪ ਘਰ ਤੋਂ ਘੱਟ ਬੋਲੇ ਸਿਰ ਲੋਕਾਂ ਦਾ ਧੰਨਵਾਦ ਕਰੀਏ ਤੇ ਇੱਕ ਬਜ਼ੁਰਗ ਖੜਾ ਹੋ ਗਿਆ ਕਹਿੰਦਾ ਜੀ ਮੇਰੀ ਇੱਕ ਉਹਨਾਂ ਗੱਲ ਸੁਣਿਓ ਉਹਦਾ ਸ਼ਾਇਦ ਕੋਈ ਪੋਤਾ ਨਾਲ ਸੀ ਉਹਦੇ ਹਾਂ ਕਹਿੰਦਾ ਜੀ ਇਹ ਨਾ ਸਾਡੀ ਜ਼ਮੀਨ 'ਚ ਹੀ ਬਣਿਆ ਹੈ ਹਾਂ ਅੱਛਾ ਸਿਨੇਮਾ ਹਾਂਜੀ ਕਹਿੰਦਾ ਜਿਹੜੀ ਤੁਸੀਂ ਆਹ ਗੱਲ ਦਿਖਾਤੀ ਨਾ ਕਹਿੰਦਾ ਇਹ ਜਮਾਂ ਸੱਚੀ ਗੱਲ ਹੈ ਵੀ ਸਾਡੇ ਕੋਲ ਗੱਡੀਆਂ ਤਾਂ ਆ ਗੀਆਂ ਸਾਈਕਲਾਂ ਤੋਂ ਬਾਅਦ ਵੱਡੀਆਂ ਵੱਡੀਆਂ ਪੈਸ ਪਰ ਸਾਡੇ ਮਾਂ ਪੁੱਤ ਦਾ ਪਿਆਰ ਨਹੀਂ ਰਿਹਾ ਪਾਈਆਂ ਪਾਈਆਂ ਦਾ ਪਿਆਰ ਨਹੀਂ ਰਿਹਾ ਹਸਬੰਡ ਵਾਈਫ ਦਾ ਪਿਆਰ ਵੀ ਨਹੀਂ ਰਿਹਾ ਕਹਿੰਦਾ 3 3 ਵਜੇ 2 2 ਵਜੇ ਮੁੰਡੇ ਸਾਡੇ ਆਉਂਦੇ ਨੇ ਅਸੀਂ ਸਮਝਦੇ ਨੇ ਬਜ਼ੁਰਗ ਜਦ ਨੂੰ ਫਿਰ ਉਹ 2 3 ਵਜੇ ਉੱਠ ਕੇ ਦੁਪਹਿਰੇ ਫਿਰ ਜਾਂਦੇ ਨੇ ਸੋ ਮੈਨੂੰ ਐਂ ਲੱਗਦਾ ਪਿੱਛੇ ਤਾਂ ਲੋਕ ਕਨੈਕਟ ਕਰਦੇ ਨੇ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਨੇ ਸਾਨੂੰ ਲੱਗਦਾ ਉਹਨਾਂ ਨੂੰ ਲੱਗਦਾ ਕਿ ਸਾਡੀ ਗੱਲ ਕਰੀ ਕਿਸੇ ਨੇ ਅੱਛਾ ਤੁਹਾਨੂੰ ਜ਼ਿਆਦਾ ਸਮਾਂ ਨਹੀਂ ਲਵਾਂਗੇ ਪਰ ਇੱਕ ਕਿਉਂਕਿ ਤੁਹਾਡੀ ਫਿਲਮ ਜਿਹੜੀ ਹੈ ਬਹੁਤ ਲੋਕਾਂ ਦੀ ਸੋਚ ਜਿੰਨੇ ਬਦਲੀ ਹੈ ਹੈਨਾ ਕਈਆਂ ਦੀ ਜ਼ਿੰਦਗੀ ਬਦਲੀ ਹੋਊਗੀ ਇਸ ਫਿਲਮ ਦੇ ਨਾਲ ਪਰ ਇਹੋ ਜੀ ਤੁਹਾਡੇ ਹੁਣ ਤੱਕ ਦੀ ਲਾਈਫ ਦੇ ਵਿੱਚ ਤੁਹਾਡੀ ਕਿਹੜੀ ਵੇਖੀ ਫਿਲਮ ਹੈ ਜਿਨੇ ਤੁਹਾਡੀ ਜ਼ਿੰਦਗੀ ਤੇ ਬਹੁਤ ਅਸਰ ਪਾਇਆ ਤੁਹਾਡੇ ਦੋਨਾਂ ਨੂੰ ਸਵਾਲ ਹੈ ਅ ਜ਼ਿੰਦਗੀ ਤੇ ਦੇਖੋ ਸਾਡੇ ਤਾਂ ਅਸੀਂ ਆਪਣੇ ਆਪ ਨੂੰ ਨਾ ਲੱਕੇ ਸਮਝਦੇ ਆ ਕਿ ਸਾਨੂੰ ਹਰ ਤਰ੍ਹਾਂ ਦੇ ਵੱਖਰੇ ਵੱਖਰੇ ਕਿਰਤਾਰ ਕਰਨ ਨੂੰ ਮਿਲਦੇ ਨੇ ਜਦੋਂ ਅਸੀਂ ਇਹੋ ਜਿਹੀਆਂ ਚੀਜ਼ਾਂ ਦੇਖਦੇ ਆ ਤਾਂ ਸਾਨੂੰ ਆਪਣੇ ਅੰਦਰ ਹੀ ਇਹ ਲੱਗਦਾ ਹੁੰਦਾ ਕਿ ਕੁਝ ਚੀਜ਼ਾਂ ਸੀ ਨਾ ਸ਼ਾਇਦ ਪਹਿਲਾਂ ਨਾ ਕਰਦੇ ਹੋਈਏ ਬਹੁਤ ਸਾਰੀਆਂ ਚੀਜ਼ਾਂ ਸਮੇਂ ਦੇ ਨਾਲ ਜਿਵੇਂ ਜਿਵੇਂ ਅਸੀਂ ਰੋਲ ਕਰਦੇ ਜਾਂਦੇ ਆ ਤਾਂ ਉਸ ਸਮੇਂ ਦੇ ਨਾਲ ਨਾਲ ਜਾਂ ਉਹ ਰੋਲ ਕਰਨ ਦੇ ਕਰਦੇ ਸਾਡੇ ਅੰਦਰ ਸੱਚੀ ਉਹ ਬਹੁਤ ਚੇਂਜ ਆ ਰਹੀ ਹੈ ਸੱਚੀ ਕਿਉਂਕਿ ਸਾਨੂੰ ਇਹ ਲੱਗਦਾ ਵੀ ਅਸੀਂ ਇੱਕ ਪਰਿਵਾਰ ਆ ਅਸੀਂ ਸਾਰੇ ਕਲਾਕਾਰ ਆ ਇੱਕ ਪਰਿਵਾਰ ਆ ਤੇ ਅਕਸਰ ਪਰ ਹੁੰਦਾ ਕਿ ਕਿਸੇ ਵੀ ਅਦਾਰੇ ਚ ਚਲੇ ਜਾਓ ਕਿਸੇ ਨੂੰ ਕੋਈ ਕਹਿੰਦੇ ਨੇ ਕਿਸੇ ਨੂੰ ਦੇਖ ਕੇ ਕੋਈ ਖੁਸ਼ ਨਹੀਂ ਹੈ ਜਾਂ ਕਿਸੇ ਨੂੰ ਕਿਸੇ ਚੀਜ਼ ਦਾ ਇਹ ਸਮਾਜ ਚੱਲਦਾ ਹੈ ਪਰ ਮੈਨੂੰ ਐ ਲੱਗਦਾ ਵੀ ਅਸੀਂ ਜਣੀ ਇਸ ਸੋਚ ਤੋਂ ਬਹੁਤ ਉੱਪਰ ਉੱਠ ਗਏ ਆ ਸਾਨੂੰ ਇਹ ਲੱਗਦਾ ਕਿ ਵੀ ਆ ਫਿਲਮਾਂ ਤਾਂ ਖਾਸ ਕਰਕੇ ਵੀ ਯਾਰ ਦੁਨੀਆ ਦੇ ਵਿੱਚ ਤਾਂ ਕੁਝ ਨਹੀਂ ਆਹੀ ਜੇ ਚੀਜ਼ਾਂ ਨੇ ਪਿਆਰ ਮੁਹੱਬਤ ਤੇ ਵੱਡਿਆਂ ਦਾ ਸਤਕਾਰ ਤੇ ਕਿਸੇ ਦਾ ਦਿਲ ਨਾ ਦੁਖਾਈਏ ਆਪਣੇ ਵੱਲੋਂ ਇਹੀ ਕੋਸ਼ਿਸ਼ ਕਰੀਏ ਤੇ ਜਿੰਨੀਆਂ ਵੀ ਇਹ ਫਿਲਮਾਂ ਬਣੋਂ ਉਹਨਾਂ ਦਾ ਹਿੱਸਾ ਬਣੀਏ ਵੈਸੇ ਕਿ ਵੱਡੀ ਚੀਜ਼ ਹੈ ਨਹੀਂ ਮੈਂ ਤੁਹਾਨੂੰ ਕਹਾਂਦਾ ਦੇਖੋ ਤਿੰਨਾਂ ਫਿਲਮਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਮੈਂ ਕੱਲੀ ਕੱਲੀ ਵਾਰੇ ਥੋੜੇ ਨੇ ਬੜੀ ਇੰਟਰਵਿਊ ਕਰੂੰਗਾ ਕਿਸ ਦਿਨ ਵੀ ਤਿੰਨਾਂ ਨੇ ਕੀ ਸਿਖਾਇਆ ਪਰ ਮੈਂ ਤੁਹਾਨੂੰ ਇੱਕ ਮੇਜਰ ਗੱਲ ਦੱਸਣੀ ਚਾਹੁੰਨਾ ਮੈਂ ਅਜੇ ਤੱਕ ਕਿਸੇ ਨੂੰ ਦੱਸਿਆ ਤੁਹਾਡੇ ਕੋਲ ਪਹਿਲੀ ਵਾਰ ਦੱਸ ਰਿਹਾ ਹਾਂ ਹਰ ਕਲਾਕਾਰ ਦੀ ਇੱਛਾ ਹੁੰਦੀ ਹੈ ਕਿ ਮੈਂ ਜਿਹੜੇ ਪ੍ਰੋਜੈਕਟ ਨਾਲ ਜੁੜਾਂ ਉਹ ਚ ਮੇਰਾ ਰੋਲ ਲੰਬਾ ਹੋਵੇ ਵੱਡਾ ਰੋਲ ਹੋਵੇ ਹਰ ਦੀ ਇੱਛਾ ਹੁੰਦੀ ਹੈ ਮੇਰੀ ਵੀ ਸੀਗੀ ਪਰ ਜਦੋਂ ਅਸੀਂ ਪਹਿਲੀ ਫਿਲਮ ਕੀਤੀ ਨਾ 20 ਮੈਨੂੰ ਗਰੀਬ ਵਾਲਾ ਸਰੋਂ ਮੈਂ ਕਈ ਵਾਰ ਸੁਣਾਈ ਗੱਲ ਕਿ ਹਾਂ ਕਿ ਥੋੜਾ ਰੋਲ ਬਹੁਤ ਲੰਬਾ ਹੈ ਮਖਾ ਜੀ ਧੰਨਵਾਦ ਕਹਿੰਦੇ ਪਰ ਡਾਇਲੋਗ ਕੋਈ ਨਹੀਂ ਮਖਾ ਜੀ ਕੋਈ ਗੱਲ ਨਹੀਂ ਕਹਿੰਦੇ ਪਰ ਤੈਨੂੰ ਸੋਚ ਕੇ ਲਿਖਿਆ ਤੇ ਇਹ ਹੋਰ ਬੰਦਾ ਨਹੀਂ ਕਰੂਗਾ ਜੇ ਤੂੰ ਨਹੀਂ ਕਰੇਗਾ ਸੀ ਕਰੈਕਟਰ ਕੱਢ ਦੇਣਾ ਮੈਂ ਕਹਿੰਦਾ ਫਿਰ ਤੇ ਮੈਂ ਕਰੂੰਗਾ ਹੀ ਹੁਣ ਉਹ ਫਿਲਮ ਕਰਦੇ ਕਰਦੇ ਤੇ ਫਿਲਮ ਜਦੋਂ ਬਣ ਗਈ ਦੇਖਣ ਤੋਂ ਬਾਅਦ ਮੇਰੀ ਜ਼ਿੰਦਗੀ ਪਤਾ ਕਿਵੇਂ ਚੇਂਜ ਹੋਈ ਮੈਂ ਹੀ ਦੇਖਿਆ ਵੀ ਗਿੱਪੀ ਗਰੀਬ ਵਾਲੀ ਫਿਲਮ ਲਿਖੀ ਜੀ ਗਿੱਪੀ ਗਰੀਬ ਵਾਲੂ ਦਾ ਪ੍ਰੋਡਿਊਸਰ ਜੀ ਗਿੱਪੀ ਗਰੀਬ ਵਾਲ ਫਿਲਮ ਦਾ ਡਾਇਰੈਕਟਰ ਤੇ ਗਿੱਪੀ ਗਰੀਬ ਵਾਲ ਨੇ ਬਿਲਕੁਲ ਐਂਡ ਮੈਨੂੰ ਉਦੋਂ ਉਦੋਂ ਤੋਂ ਨੀਹਾ ਮੈਂ ਆਪਣੇ ਮਨ ਚ ਨਾ ਰਜੇ ਇਹ ਗੱਲ ਸਮਝ ਲਈ ਵੀ ਚੰਗੀਆਂ ਚੀਜ਼ਾਂ ਦਾ ਹਿੱਸਾ ਬਣਨਾ ਜ਼ਰੂਰੀ ਹੈ ਇਹ ਜ਼ਰੂਰੀ ਨਹੀਂ ਕਿ ਤੁਸੀਂ ਕਿੰਨਾ ਨੰਬਰ ਰੋਲ ਕੀਤਾ ਉਹ ਤੋਂ ਬਾਅਦ ਮੈਨੂੰ ਜੇ ਕਿਸੇ ਨੇ ਕੰਟੈਂਟ ਸੁਣਾਇਆ ਕਿ ਮੈਂ ਗੀਤ ਵਗੈਰਾ ਕਰਨੇ ਸ਼ਰਤੇ ਸੀਗੇ ਪਰ ਮੈਂ ਗੀਤ ਨਹੀਂ ਕਰਦਾ ਪਰ ਹੁਣ ਮੈਂ ਇਹ ਬੰਦੇ ਨੂੰ ਇਹੀ ਕਹਿਣਾ ਮੈਨੂੰ ਫੋਨ ਕਰਕੇ ਪੁੱਛੂਗਾ ਤੁਸੀਂ ਕਿੰਨੇ ਪੈਸੇ ਲੈਣੇ ਹੋ ਮੈਂ ਕਿਹਾ ਪੈਸਿਆਂ ਦੀ ਗੱਲ ਬਾਅਦ ਪਹਿਲੇ ਕਰਉਣਾ ਕੀ ਦੱਸ ਇਹ ਦੱਸੋ ਮੈਂ ਕਿਹਾ ਹੋ ਸਕਦਾ ਮੈਂ ਤੇਰੀ ਕਰੋੜ ਚ ਵੀ ਨਾਲ ਕੰਮ ਕਰਾਂ ਜਿਹੜਾ ਮੈਨੂੰ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਆਪਣੇ ਬੱਚਿਆਂ ਨੇ ਵੀ ਦੇਖਣਾ ਵੀ ਮੇਰੇ ਸੋ ਇਸ ਕਰਕੇ ਮੈਂ ਇਹਨਾਂ ਨੂੰ ਜਦੋਂ ਕੰਟੈਂਟ ਕਹਿੰਦਾ ਮੈਂ ਕਹਿੰਦਾ ਕੰਟੈਂਟ ਠੀਕ ਹੈ ਉਹ ਕਹਿੰਦੇ ਥੋੜਾ ਕੰਮ ਇੱਕ ਦਿਨ ਦੇਈਏ ਤੁਹਾਨੂੰ ਇੰਨੇ ਕੇ ਪਾਸ ਦੇ ਸਕਦੇ ਮਾਜੀ ਕੋਈ ਗੱਲ ਨਹੀਂ ਇਹ ਤੁਸੀਂ ਨਾ ਵੀ ਦਿਓ ਮੈਂ ਤਾਂ ਵੀ ਕਰ ਲਵਾਂਗਾ ਸੋ ਮੈਨੂੰ ਉਤੋਂ ਇਹ ਗੱਲ ਉਦੋਂ ਤੋਂ ਮੈਂ ਆਪਣੇ ਕੈਰੀਅਰ ਚ ਸ਼ਾਮਲ ਕਰ ਲਈ ਵੀ ਰੋਲ ਮੈਨੇ ਨਹੀਂ ਰੱਖਦੇ ਕਿੰਨਾ ਲੰਬਾ ਰੋਲ ਹੈ ਮੈਨੇ ਉਹ ਚੀਜ਼ ਰੱਖ ਲਈ ਹੈ ਕਿ ਤੁਸੀਂ ਚੰਗੀਆਂ ਚੀਜ਼ਾਂ ਦਾ ਹਿੱਸਾ ਬਣਦੇ ਹੋ ਜ਼ਿੰਦਗੀ 'ਚ ਇਹ ਵੱਡੀ ਗੱਲ ਹੈ ਸੋ ਮੇਰੇ ਲਈ ਇਹ ਬਹੁਤ ਮਾਨ ਵਾਲੀ ਗੱਲ ਸੀ ਔਰ ਮੈਨੂੰ ਲੱਗਦਾ ਹੈ ਕਿ ਬੰਦਾ ਚਾਹੇ ਇੱਕ ਸੀਨ ਚਾਵੇ ਪਰ ਉਹਦੀ ਪ੍ਰੈਜ਼ੈਂਸ ਜਿਹੜੀ ਹੈ ਹੈਨਾ ਕਿ ਉਹ ਕੀ ਅਪੈਕਟ ਪਾ ਕੇ ਜਾਂਦੀ ਹੈ ਉਹ ਯਾਦ ਰਹੇ ਉਹ ਯਾਦ ਰਹੇ ਤੁਸੀਂ ਦੇਖੋ ਇਸ ਫਿਲਮ ਦੇ ਵਿੱਚ ਕਈ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਦਾ ਬਹੁਤ ਛੋਟਾ ਰੋਲ ਹੈ ਜਿਵੇਂ ਮਤਲਬ ਬੀ ਐਨ ਸ਼ਰਮਾ ਜੀ ਦਾ ਛੋਟਾ ਕੈਰੈਕਟਰ ਸੀ ਗੁਰਪ੍ਰੀਤ ਪੰਗੂ ਮੈਰਨ ਦਾ ਪਰ ਉਹ ਸਦਾ ਲਈ ਤਾ ਉਮਰ ਦੁਨੀਆ ਨੂੰ ਇਹ ਕਹਿਣਗੇ ਉਹਨਾਂ ਦੇ ਬਾਅਦ ਬੱਚੇ ਵੀ ਕਹਿਣਗੇ ਕਿ ਅਰਦਾਸ ਸਬੱਧ ਦੇ ਪਲੇ ਦੇ ਵੀ ਮੇਰੇ ਡੈਡੀ ਵੀ ਥੇ ਹਾਂ ਬਿਲਕੁਲ ਉਹਨਾਂ ਦੇ ਬੱਚੇ ਕਹਿਣਗੇ ਮੇਰੀ ਮੰਮੀ ਉਸ ਸਮੇਂ ਦਾ ਹਿੱਸਾ ਸੀਗੀ ਮਤਲਬ ਮੈਂ ਕਹਿੰਨਾ ਚਾਹ ਤوڑا ਇੱਕ ਸੀਨ ਹੋਵੇ ਪਰ ਤੁਸੀਂ ਚੰਗੀ ਚੀਜ਼ ਦਾ ਹਿੱਸਾ ਤਾਂ ਹੈਗੇ ਨਾ ਤੁਸੀਂ ਹਮੇਸ਼ਾ ਲਈ ਜਦ ਤੱਕ ਦੁਨੀਆ ਰਹੂਗੀ ਫਿਰ ਤਾਂ ਉਹ ਤਾਂ ਰਹਿਣੀ ਹੈ ਉਦੋਂ ਤੱਕ ਕਿ ਤੁਸੀਂ ਉਹਦਾ ਹਿੱਸਾ ਹੋ ਇਹ ਤੁਹਾਡੇ ਨਾਂ ਨਾਲ ਲੱਗਣੀ ਫਿਲਮਾਂ ਮੈਨੂੰ ਲੱਗਦਾ ਤੁਸੀਂ ਤਾਂ ਸਾਨੂੰ ਐਂਟਰਟੇਨ ਦਾ ਕਰਦੇ ਹੀ ਕਰਦੇ ਹੋ ਬਟ ਇਹ ਗੱਲ ਹੈਗੀ ਕਿ ਤੁਸੀਂ ਆਪ ਬਹੁਤ ਲੱਕੀ ਹੋ ਕਿ ਤੁਸੀਂ ਇਹੋ ਜਿਹਾ ਸਿਨੇਮਾ ਦਾ ਜਿਹੜਾ ਹੈ ਸਰ ਹੁਣ ਨਹੀਂ ਕਿ ਹੁਣ ਅਸੀਂ ਤੇ ਇਹ ਵੀ ਕਹਿੰਦੇ ਆ ਜਿਦੋਂ ਅਸੀਂ ਇਸ ਦੁਨੀਆ 'ਚ ਨਹੀਂ ਵੀ ਹੋਵਾਂਗੇ ਤਾਂ ਵੀ ਅਸੀਂ ਇਸ ਸੀਰੀਜ਼ ਦਾ ਹਿੱਸਾ ਰਹਿ ਆਗੇ ਹੁਣ ਜਦੋਂ ਅਸੀਂ ਆਪਾਂ ਨਾ ਇਸ ਗੱਲ ਦਾ ਸ਼ੁਕਰਾਨਾ ਕਰ ਰਹੇ ਹਾਂ ਵੀ ਦਰਸ਼ਕਾਂ ਨੇ ਬਹੁਤ ਹੰਗਾਰਾ ਤਾਂ ਖੁਸ਼ੀ ਪ੍ਰਗਟ ਕਰ ਰਹੇ ਆ ਹੁਣ ਇੱਕੋ ਅਰਦਾਸ ਕਰਨ ਨੂੰ ਜੀ ਕਰਦਾ ਇੱਕੋ ਪ੍ਰੇਰਨ ਕਰਨ ਨੂੰ ਜੀ ਕਰਦਾ ਕਿ ਫਿਲਮਾਂ ਤਾਂ ਅਸੀਂ ਜ਼ਿੰਦਗੀ 'ਚ ਬਹੁਤ ਸਾਰੀਆਂ ਕਰਾਂਗੇ ਜਿੰਨਾ ਚਿਰ ਜਿਉਂਦੇ ਰਹੇ ਤੁਰਦੇ ਫਿਰਦੇ ਰਹੇ ਸਿਹਤਮੰਦ ਰਹੇ ਕਿ ਕੀ ਸਾਡੇ ਦੁਆਰਾ ਸਾਡੇ ਹਿੱਸੇ ਅਰਦਾਸ ਵੱਧ ਦੇ ਭਲੇ ਵਰਗੀ ਫਿਰ ਫਿਲਮ ਆਉ ਕੋਈ ਇਹ ਸਹੀ ਹੈ ਇਹ ਮਤਲਬ ਇਹ ਸ਼ੁਕਰਾਨਾ ਹੈ ਜੀ ਇਹ ਸਾਡੀ ਇੱਛਾ ਹੈ ਮੈਨੂੰ ਲੱਗਦਾ ਜੇਕਰ ਗਿੱਪੀ ਗਰੇਵਾਲ ਹੋਣਾ ਵਰਗੇ ਮੇਕਰਸ ਹੈਗੇ ਤਾਂ ਜ਼ਰੂਰ ਇਹੋ ਜਿਹੀਆਂ ਚੀਜ਼ਾਂ ਜ਼ਰੂਰ ਬਣਨਗੀਆਂ ਫਿਲਮ ਬਣਾਏਗਾ ਕਹਨੇ ਆ ਸੀ ਤਾਂ ਕਿ ਹੁਣ ਸਾਡੀ ਆਡੀਅנס ਵੀ ਇੰਨਾ ਸੋਹਣਾ ਹੰਗਾਰਾ ਦਿੰਦੀ ਐ ਤੇ ਪਿਰਤ ਵੀ ਪੈ ਗਈ ਐ ਤੇ ਅਰਦਾਸ ਦੀ ਸੀਰੀ ਤੋਂ ਰੱਬ ਵੀ ਤੋੜੇ ਤਾਂ ਤੋੜੇ ਪਰ ਸਾਨੂੰ ਰੱਬ ਨੂੰ ਤੋੜ ਰੱਬ ਨਹੀਂ ਤੋੜ ਤੁਸੀਂ ਕਿ ਜਾਵੇ ਕਹਿਣਾ ਮਤਲਬ ਵੀ ਆਪਾਂ ਕਹਾਂਗੇ ਵੀ ਰੁਕ ਜਾਓ ਸਾਨੂੰ ਆ ਫਿਲਮ ਕਰਨੀ ਹੈ ਜੇ ਕਿਤੇ ਆਹ ਜੇ ਕਿਤੇ ਆਸ ਚਲਦੀ ਹੋਈ ਤਾਂ ਪਰਮਾਤਮਾ ਨੂੰ ਇੰਨੀ ਕੁ ਬੇਨਤੀ ਲਾਉਣੀ ਆ ਕਿ ਅਰਦਾਸ ਫਿਲਮ ਪੂਰੀ ਕਰ ਲੀਏ ਫੇਰ ਲੈ ਜੀ ਨਹੀਂ ਤੁਸੀਂ ਆ ਇਹਨਾਂ ਨਾਲ ਗੱਲ ਕਰੋ ਪਰ ਆ ਵੇਖੋ ਕਿ ਇੱਕ ਇੱਕ ਐਕਟਰ ਦੀ ਇੱਕ ਆਰਟਿਸਟ ਦੀ ਕਿੱਡੀ ਮਤਲਬ ਇੱਛਾ ਵੇਖੋ ਕਿ ਹਾਂ ਜੇ ਸਾਹ ਜਾਨ ਵੀ ਤਾਂ ਵੀ ਅਸੀਂ ਕੰਮ ਕਰਦੇ ਹੋਈਏ ਹੈ ਨਾ ਪਰ ਮੈਂ ਤਾਂ ਮਹਿਸੂਸਾਂ ਹੀ ਕਰੀਏ ਜਦੋਂ ਉਹ ਗੀਤ ਦਾ ਬੋਲ ਆਇਆ ਵੀ ਮੈਂ ਜੁੱਤੀ ਲਾ ਕੇ ਪੈਰ ਟਰਤੀ ਮੈਂ ਆਪਣੀ ਨੂੰ ਤੇ ਉਹ ਉੱਥੇ ਬਾਇਲਿੰਗ ਚੱਲਦੀ ਕਹਿੰਦਾ ਮਰ ਵੀ ਜਾਮਾ ਕੋਈ ਕੰਮ ਨਹੀਂ ਸੁਰਗਾਂ 'ਚ ਪੈਰ ਜਾ ਸੁਰਗਾਂ 'ਚ ਪੈਰ ਜੱਟ ਦੇ ਮੈਂ ਸੋਚਿਆ ਮੈਂ ਮੈਨੂੰ ਪਤਾ ਕੀ ਫੀਲ ਕਰਦਾ ਸੀ ਮੈਂ ਕਿ ਸੁਪਨੇ ਜਾਣਾ ਆਪਾਂ ਨਾ ਦੁਨੀਆ 'ਚੋਂ ਜਿਹੜੇ ਬੰਦਾ ਆਇਆ ਜਾਣੇ ਐ ਮੈਂ ਕਿ ਮੇਰੇ ਜਾਣ ਤੋਂ ਬਾਅਦ ਆਹ ਕਲਿੱਪ ਮੀਡੀਆ ਵਾਲੇ ਜ਼ਰੂਰ ਚਲਾਉਣਾ ਹੈ ਹੁਣ ਹੁਣ ਅਸੀਂ ਆਪਣੇ ਸਾਰੇ ਇੰਟਰਵਿਊ 'ਚ ਇਹੀ ਕਹਿ ਕੇ ਜਾਇ ਕਰਾਂਗੇ ਹੁਣ ਮਰ ਵੀ ਜਾਈਏ ਤੱਕ ਕੋਈ ਕੰਮ ਨਹੀਂ ਸੁਰਗਾਂ 'ਚ ਪੈਰ ਜੱਟ ਦੇ ਸਾਡੇ ਵੀ ਸੁਰਗਾਂ ਚ ਪੈਰ ਨੇ ਬਾਈ ਤੁਹਾਡੇ ਬਿਲਕੁਲ ਤੁਸੀਂ ਤਾਂ ਇੱਥੇ ਹੀ ਸਵਰਗ ਵੇਖ ਰਹੇ ਹੋ ਹੈ ਨਾ ਇਹ ਤਾਂ ਇਹ ਤਾਂ ਮਜ਼ਾਕ ਦੀ ਗੱਲ ਸੀਗੀ ਪਰ ਵਧੀਆ ਗੱਲ ਪਤਾ ਕੀ ਹੈ ਲੋਕ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਹੈ ਸਾਨੂੰ ਕਲਾਕਾਰ ਬਣਾਇਆ ਹੈ ਗਿੱਪੀ ਬਾਈ ਨੂੰ ਇਡਾ ਬੜਾ ਲੋਕਾਂ ਨੇ ਕੀਤਾ ਤਾਂ ਸਾਡਾ ਸੁਸਾਇਟੀ ਪ੍ਰਤੀ ਕੋਈ ਫਰਜ਼ ਬਣਦਾ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਆਪਣਾ ਫਰਜ਼ ਪੂਰਾ ਕਰ ਰਹੇ ਹਾਂ ਲੋਕਾਂ ਲਈ ਅਸੀਂ ਇਹ ਫਿਲਮ ਆਪਣੇ ਲਈ ਨਹੀਂ ਲੋਕਾਂ ਲਈ ਕੀਤੀ ਹੈ ਕਿ ਅਸੀਂ ਤੁਹਾਨੂੰ ਰਿਟਰਨ ਕੁਝ ਦੇ ਰਹੇ ਹਾਂ ਸਾਡਾ ਫਰਜ਼ ਬਣਦਾ ਸੋ ਇਹ ਰਿਟਰਨ ਹੈ ਜੀ ਸੁਸਾਇਟੀ ਨੂੰ ਸਾਡਾ ਬਿਲਕੁਲ ਔਰ ਫਿਲਮਾਂ ਦਾ ਮਤਲਬ ਹੀ ਇਹ ਹੈ ਕਿ ਲੋਕਾਂ ਲਈ ਬੰਨਣਾ ਸ਼ੁਰੂ ਹੋਈਆਂ ਸੀਗੀਆਂ ਉਹਨਾਂ ਨੂੰ ਸੇਧ ਦੇਣ ਲਈ ਬੰਨਣਾ ਸ਼ੁਰੂ ਹੋਈਆਂ ਸੀ ਸੋ ਹਾਲਾਂਕਿ ਐਂਟਰਟੇਨਮੈਂਟ ਵਾਲਾ ਕੰਟੈਂਟ ਵੀ ਜ਼ਰੂਰੀ ਹੁੰਦਾ ਬਟ ਇਹ ਚੀਜ਼ਾਂ ਬਹੁਤ ਸਿਖਾਉਂਦੀਆਂ ਸੋ ਇਹੋ ਜਿਹਾ ਕੰਟੈਂਟ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਕਹਿੰਦਾ ਸਾਡਾ ਤਾਂ ਪੰਜਾਬ ਸਵਰਗ ਬਣ ਗਿਆ ਜਿੱਦਣ ਸਿਨੇਮੇ ਰਾਹੀਂ ਐਸੇ ਹੈਲਦੀ ਕੰਟੈਂਟ ਆਉਣ ਲੱਗੇ ਸਾਡਾ ਮੁਕਾਬਲਾ ਕੌਣ ਕਰੂਗਾ ਸਾਡੇ ਕੋਲ ਇੰਨਾ ਕੰਟ ਪਈ ਹੈ ਅਸੀਂ ਉਹਨਾਂ ਨੂੰ ਚੱਕ ਕੇ ਸਿਨੇਮਾ ਬਣਾਉਣ ਲੱਗੇ ਇਹੋ ਜਿਹਾ ਸਿਨੇਮਾ ਆਉਣ ਲੱਗਿਆ ਹੈਲਦੀ ਕੰਟੈਂਟ ਆਊਗਾ ਤਾਂ ਸਾਡੇ ਬੱਚੇ ਮੋਬਾਈਲਾਂ ਦਾ ਗੰਦਮਨ ਦੇਖਣਗੇ ਹੀ ਨਹੀਂ ਸਾਡੇ ਬੱਚੇ ਕਹਿਣਗੇ ਸਾਨੂੰ ਇਹਨਾਂ ਚੰਗਾ ਚੀਜ਼ ਪ੍ਰੋਸੀਜ ਆ ਰਹੀ ਸੀ ਉਹ ਦੇਖੀਏ ਸੋ ਇਸ ਕਰਕੇ ਉਹਦਾ ਤੋੜ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਚੰਗੀਆਂ ਸ਼ਖਸੀਅਤਾਂ ਲੈ ਕੇ ਪੈਦਾ ਹੋਣ ਚੰਗੀ ਸੋਚ ਦੇ ਮਾਲਕ ਹੋਣ ਤਾਂ ਤੁਹਾਨੂੰ ਉਹਨਾਂ ਨੂੰ ਇਹੋ ਜਿਹਾ ਹੈਲਦੀ ਕੰਟੈਂਟ ਜ਼ਰੂਰ ਦਿਖਾਉਣਾ ਚਾਹੀਦਾ ਬਿਲਕੁਲ ਔਰ ਮੈਨੂੰ ਲੱਗਦਾ ਕਿ ਬਹੁਤ ਸਾਰੇ ਪੇਰੈਂਟਸ ਹੁਣ ਜਾਣਦੇ ਵੀ ਆ ਆਪਣੇ ਪਰਿਵਾਰ ਨੂੰ ਲੈ ਕੇ ਹਨ ਫੈਮਿਲੀ ਜਾ ਰਹੀ ਹੈ ਫੈਮਿਲੀ ਜਾ ਰਹੀ ਪਰਿਵਾਰ ਜਾ ਰਿਹਾ ਸਾਰੇ ਛੋਟੇ ਬੱਚੇ ਵੀ ਆ ਉਹਨਾਂ ਦੇ ਵਿੱਚ ਬਜ਼ੁਰਗ ਵੀ ਆ ਤੇ ਬਸ ਅਸੀਂ ਅਸੀਂ ਧੰਨਵਾਦ ਕਰਨ ਵਾਲੇ ਕੌਣ ਆ ਆਪਾਂ ਤਾਂ ਇੱਕ ਫਿਲਮ ਦੇਖੋ ਸਾਰਿਆਂ ਨੇ ਬਣਾਤੀ ਅਸੀਂ ਉਹਦੇ ਚ ਕੰਮ ਕੀਤਾ ਪਰ ਸਾਡਾ ਕਈ ਵਾਰੀ ਤਾਂ ਅਰਦਾਸ ਨੂੰ ਇਹ ਜਿਹੜੀ ਅਰਦਾਸ ਜਾਂ ਅਰਦਾਸ ਕਰਾਂ ਅਰਦਾਸ ਸਰਬੱਤ ਦੇ ਭਲੇ ਦੀ ਅਸੀਂ ਸਾਡਾ ਨਾ ਫਿਲਮ ਕਹਿਣ ਨੂੰ ਵੀ ਜੀ ਨਹੀਂ ਕਰਦਾ ਸੱਚੀ ਕਹੀਏ ਤਾਂ ਵੀ ਇੱਕ ਬਸ ਇੱਕ ਕਥਾ ਹੈ ਜਿਹਦੇ ਵਿੱਚੋਂ ਬਹੁਤ ਕੁਝ ਲੈ ਕੇ ਜਾਣਾ ਇੱਕ ਬਸ ਇੱਕ ਕਹਿੰਦੇ ਨੇ ਕਿਸੇ ਸੰਤ ਮਹਾਤਮਾ ਦਾ ਸੰਗ ਕਰਦੇ ਆ ਤੇ ਉਹ ਸਾਨੂੰ ਕੁਝ ਸੁਣਾ ਰਹੇ ਨੇ ਸਾਰੀ ਜਰਨੀ ਦੇ ਵਿੱਚ ਹਰ ਚੀਜ਼ ਹਰ ਡਾਇਲੌਗ ਦੇ ਵਿੱਚੋਂ ਸਾਡੀ ਆਡੀਅנס ਵੀ ਕੁਝ ਲੈ ਕੇ ਜਾਊ ਬਿਲਕੁਲ ਬਿਲਕੁਲ ਫੋਰਨ ਜ ਕਿਸੇ ਨੇ ਫਿਲਮ ਦੇਖੀ ਹੈ ਮੇਰੇ ਖਿਆਲ ਇਟਲੀ ਦੀ ਗੱਲ ਹੈ ਜਨ ਇਟਲੀ ਦੀ ਜਾਂ ਆਸਟ੍ਰੇਲੀਆ ਦੀ ਉਹ ਇਦਾਂ ਕੋਈ ਪੁੱਛ ਰਿਹਾ ਤੁਹਾਨੂੰ ਕਿਵੇਂ ਲੱਗੀ ਜੀ ਫਿਲਮ ਉਹ ਬੰਦਾ ਦੋ ਬਜ਼ੁਰਗ ਖੜੇ ਸੀ ਉਹ ਜਿਹੜਾ ਬੰਦਾ ਪਹਿਲਾਂ ਬੋਲ ਰਿਹਾ ਕਹਿੰਦਾ ਜੀ ਇਹ ਫਿਲਮ ਪਰਿਵਾਰਾਂ ਨਾਲ ਜ਼ਰੂਰ ਦੇਖੋ ਤੁਹਾਨੂੰ ਕੁਝ ਨਾ ਕੁਝ ਦੇ ਕੇ ਜਾਊਗੀ ਦੂਜਾ ਕਹਿੰਦਾ ਨਹੀਂ 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 ਕੁਛ ਨਾ ਕੁਛ ਨਹੀਂ ਬਹੁਤ ਕੁਛ ਦੇਖ ਕੇ ਜਾਂਦੀ ਹੈ ਇਹ ਕਹਿੰਦਾ ਕੁਛ ਨਾ ਮਤਲਬ ਦੇਖੋ ਲੋਕਾਂ ਦੀ ਐਕਸਾਈਟਮੈਂਟ ਕਹਿੰਦਾ ਕੁਛ ਨਾ ਕੁਛ ਨਹੀਂ ਇਹ ਬਹੁਤ ਕੁਛ ਦੇਖ ਕੇ ਜਾਉਗੀ ਬਿਲਕੁਲ ਬਿਲਕੁਲ ਔਰ ਵਾਕਈ ਫਿਲਮ ਨੇ ਬਹੁਤ ਕੁਛ ਦਿੱਤਾ ਹੈ ਤਾਂ ਹੀ ਲੋਕਾਂ ਦਾ ਪਿਆਰ ਇਹਨਾਂ ਮਿਲ ਵੀ ਰਿਹਾ ਹੈ ਨਾ ਅਸੀਂ ਤਾਂ ਇਹ ਕਵਾਂਗੇ ਕਿ ਹਜੇ ਤਾਂ ਇੱਕ ਹਫਤਾ ਜਿਹੜਾ ਲੰਘਿਆ ਹੈ ਨਾ ਅਗਲੇ 4 ਹਫਤੇ ਜਾਂ 2 ਹਫਤੇ 2 ਮਹੀਨੇ ਜਾਂ 3 ਮਹੀਨੇ ਜਿਹੜੀ ਪਹਿਲਾਂ ਮੈਂ ਲੱਗ ਰਹੀ ਗਏ ਵੀਕੈਂਡ ਇੰਜੋਏ ਕਰ ਰਹੇ ਹਾਂ ਤਾਂ ਅਸੀਂ ਪਰ ਹਮੇਸ਼ਾ ਲਈ ਇਹ ਚੰਗੀਆਂ ਫਿਲਮਾਂ ਸਮਾਜ ਦੇ ਵਿੱਚ ਚੰਗੇ ਹਮੇਸ਼ਾ ਲਈ ਜਿਉਂਦੇ ਰਹਿੰਦੀਆਂ ਨੇ ਜੀ ਜੀ ਔਰ ਜਦੋਂ ਕਹਿੰਦੇ ਨੇ ਰੀ ਰੀਲੀਜ਼ ਹੁੰਦੀਆਂ ਫਿਲਮਾਂ ਹੈਨਾ ਇਹ ਇਦਾਂ ਦਾ ਵੀ ਟਾਈਮ ਆਵੇ ਕਿ ਲੋਕੀ ਮੰਗ ਕਰਨ ਕਿ ਅਰਦਾਸ ਸਰਬੱਤੇ ਪਲੇ ਦੀ ਰੀ ਰੀਲੀਜ਼ ਕਰੋ ਸਿਨੇਮਾ ਕਰਾ ਦੇਵੇ 19 ਜੁਲਾਈ ਨੂੰ ਅਰਦਾਸ ਕਰਨ ਲਈ ਹੋਈ ਸੀ ਤੇ ਦੁਬਾਰਾ ਜਾ ਕੇ ਦਸੰਬਰ ਚ ਫੇਰ ਰੀਲੀਜ਼ ਹੋਈ ਨੀ ਦੁਬਾਰਾ ਇਹ ਤਾਂ ਇਹ ਤਾਂ ਲੋਕੀ ਵੀ ਕਹਿਣਗੇ ਕਿਉਂਕਿ ਇਹ ਜਿਹੇ ਫਿਲਮਾਂ ਨੂੰ ਤਾਂ ਕਹਿਣਗੇ ਵੀ ਬਾਰ-ਬਾਰ ਲਗਾਓ ਬਿਲਕੁਲ ਬਿਲਕੁਲ ਅਸੀਂ ਬਹੁਤ ਖੁਸ਼ਕਿਸਮਤ ਆ ਕਿ ਤੁਹਾਡੇ ਨਾਲ ਗੱਲਬਾਤ ਕਰਨ ਦਾ ਇਸ ਫਿਲਮ ਬਾਬਤ ਸਾਨੂੰ ਮੌਕਾ ਮਿਲਿਆ ਔਰ ਇਹ ਉਮੀਦ ਕਰਦੇ ਆ ਕਿ ਜਿੰਨਾ ਪਿਆਰ ਤੁਸੀਂ ਲੋਕਾਂ ਤੋਂ ਹੁਣ ਵਟੋਲ ਰਹੇ ਹੋ ਉਸ ਤੋਂ ਵੀ ਵੱਧ ਵਟੋਲੋ ਔਰ ਲੋਕੀ ਜਿਹੜੇ ਆ ਜ਼ਰੂਰ ਸਿਨੇਮਾ ਕਰਾਂ ਦੇ ਵਿੱਚ ਜਾਣ ਕਿਉਂਕਿ ਇਹੋ ਜੀ ਜਿਹੜੀ ਫਿਲਮ ਆ ਉਹ ਸਿਨੇਮਾ ਦੇ ਵਿੱਚ ਵੇਖਣ ਦਾ ਹੀ ਇੱਕ ਆਪਣਾ ਮਜ਼ਾ ਵੀ ਹੈ ਔਰ ਇੱਕ ਫਾਇਦਾ ਵੀ ਹੁੰਦਾ ਹੈ ਸੋ ਤਾਂ ਹੀ ਜਿਹੜਾ ਹੋਰ ਸਿਨੇਮਾ ਵੀ ਇਹੋ ਜਿਹਾ ਬਣੇਗਾ ਹੈਨਾ ਸਾਰਿਆਂ ਦੇ ਨਾਲ ਹੀ ਜਿਹੜੀ ਚੀਜ਼ਾਂ ਅੱਗੇ ਬਦਦੀਆਂ ਤੇ ਗਰੋ ਹੁੰਦੀਆਂ ਸੋ ਅਸੀਂ ਇਹ ਕਵਾਂਗੇ ਕਿ ਅਸੀਂ ਬਹੁਤ ਲੱਕੀਆ ਦੀ ਪੰਜਾਬੀ ਸਿਨੇਮਾ ਦੇ ਵਿੱਚ ਅਸੀਂ ਇਹੋ ਜਿਹਾ ਕੰਟੈਂਟ ਵੇਖ ਰਿਹਾ ਤੇ ਇਹਨੂੰ ਹੋਰ ਗਰੋਅ ਕਰਨ ਦੇ ਲਈ ਤੁਸੀਂ ਪਲੀਜ਼ ਸਪੋਰਟ ਕਰੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਮੈਮ